ਜਿਹੜਾ ਇੱਥੋਂ ਬੰਦਾ ਜਾ ਰਿਹਾ ਉਹ ਵੀ ਉਲਝਣ ਦਾ ਸ਼ਿਕਾਰ ਹੈ ਜਿਹੜਾ ਉੱਥੇ ਚਲਾ ਗਿਆ ਉਹ ਵੀ ਉਲਝਣ ਦਾ ਸ਼ਿਕਾਰ ਹੈ ਸੋ ਜਿਹੜੇ ਇੱਥੋਂ ਦੇ ਬੱਚੇ ਪੜ੍ਹ ਕੇ ਜਾਂਦੇ ਆ ਉਹਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਫੇਸ ਕਰਨੀਆਂ ਪੈਂਦੀਆਂ ਜੌਬ ਮਾਰਕੀਟ ਦੇ ਵਿੱਚ ਨੜ 80% ਸਾਡੇ ਪੰਜਾਬੀ ਪਰਿਵਾਰ ਆ ਬੱਚੇ ਆ ਜਿਹੜੇ ਇੱਥੋਂ ਜਾ ਰਹੇ ਆ ਖਾਸ ਤੌਰ ਦੇ ਤੇ ਪਹਿਲੀ ਪੀੜ੍ਹੀ ਆ ਉਸੇ ਰੇਂਜ ਦੇ ਵਿੱਚ ਕਮਾਈ ਕਰਦੇ ਆ ਕਿੰਨੇ ਤੋਂ ਕਿੰਨੇ 22000 ਡਾਲਰ ਸਾਲ ਦਾ ਮਤਲਬ ਉਹਦੇ ਚੋ ਟੈਕਸ ਵੀ ਕੱਟਿਆ ਜਾਣਾ ਰਹਿਣ ਸਹਿਣ ਦਾ ਖਰਚਾ ਮੋਬਾਈਲ ਫੋਨ ਆ ਉਹਨਾਂ ਦੇ ਬਿੱਲ ਹੈ ਇੰਸ਼ੋਰੈਂਸ ਗੱਡੀਆਂ ਦੀ ਗੱਡੀਆਂ ਦੇ ਕਿਸ਼ਤਾਂ ਲਾ ਪਾ ਕੇ ਦੇਖਿਆ ਜਾਵੇ ਤਾਂ ਬਚਦਾ ਉਹਨਾਂ ਨੂੰ ਕੁਝ ਨਹੀਂ ਹੈ ਅੱਜ ਤੋਂ 20 22 ਸਾਲ ਪਹਿਲਾਂ 25 ਸਾਲ ਪਹਿਲਾਂ ਸਥਿਤੀਆਂ ਬਿਲਕੁਲ ਪਰਸਥਿਤੀਆਂ ਵੱਖਰੀਆਂ ਸੀ 2001 02 ਦੇ ਵਿੱਚ ਵੀ ਜੇ ਵਧੀਆ ਕਿਸੇ ਨੇ ਘਰ ਲੈਣਾ ਜਿਹਨੂੰ ਆਪਾਂ ਕਹਿੰਦੇ ਨੇ ਵੀ ਵਧੀਆ ਕੋਠੀ ਜਾਂ ਬੰਗਲਾ ਕਹਿੰਦੇ ਨੇ ਆ ਵੀ ਉਹ ਪਾਉਣੇ 1-3 ਲੱਖ ਡਾਲਰ ਦਾ ਉੱਥੇ ਆਰਾਮ ਨਾਲ ਬਣ ਜਾਂਦਾ ਸੀ ਕਹਿੰਦੇ ਅੱਜ ਇਹਨੂੰ ਡਿਟੈਚ ਹੋਮ ਕਹਿੰਦੇ ਆ ਜੀ ਉਹ ਹੁਣ 30 ਲੱਖ ਦੇ ਨੇੜੇ ਤੇੜੇ 25-30 ਲੱਖ ਤੋਂ ਘੱਟ ਜਿਹੜਾ ਡਿਟੈਚ ਘਰ ਆ ਜਿਹਨੂੰ ਆਪਾਂ ਕੋਠੀ ਕਹਿੰਦੇ ਨੇ ਉਹ ਨਹੀਂ ਮਿਲਦੀ ਤਾਨੂੰ ਲੱਗਦਾ ਵੀ ਇਹ ਬਹੁਤ ਖਤਰਨਾਕ ਹੈ ਕੋ ਭੰਬਲ ਪੂਸਾ ਖਾਸ ਕਰਕੇ ਇਹ ਧਰਤੀ ਵਾਲੇ ਲੋਕ ਜਿਹੜੇ ਉੱਥੇ ਜਾ ਰਹੇ ਜਿਹੜੇ ਅੱਜ ਦੇ ਜਾ ਰਹੇ ਜਿਹੜੇ ਪਹਿਲਾਂ ਵਾਲੇ ਸੈਟ ਹੋ ਗਏ ਠੀਕ ਹੈ ਹਰ ਧਰਤੀ ਵਧੀਆ ਹੁੰਦੀ ਹੈ ਹਾਂ ਉੱਥੋਂ ਦੇ ਹਾਲਾਤ ਹੈ ਉੱਥੇ ਹੈ ਪਰ ਤੁਸੀਂ ਦੇਖਣਾ ਇਹ ਹੁੰਦਾ ਕਿ ਤੁਸੀਂ ਜਿੱਥੋਂ ਆਏ ਹੋ ਜੀ ਉਹ ਤੁਹਾਡਾ ਪਛੋਕੜ ਵੀ ਕਿਤੇ ਪਿੱਛੇ ਨਾ ਛੁੱਟ ਜਾਵੇ ਮੇ ਇਹ ਤੇ ਗੈਂਗਬਾਰ ਹੋ ਗਿਆ ਨਸ਼ਾ ਹੋ ਗਿਆ ਜਿਹੜੀਆਂ ਨੈਗੇਟਿਵ ਨੈਗੇਟਿਵ ਚੀਜ਼ਾਂ ਅਸੀਂ ਦੇਖ ਰਹੇ ਹਾਂ ਬਹੁਤ ਵੱਡੇ ਲੈਵਲ ਦੇ ਉੱਤੇ ਵੀ ਇੱਥੋਂ ਜੇ ਅਸੀਂ ਉੱਥੇ ਜਾਵਾਂਗੇ ਉੱਥੇ ਅਸੀਂ ਬਹੁਤ ਸੇਫ ਆ ਤੁਹਾਨੂੰ ਲੱਗਦਾ ਵੀ ਉੱਥੇ ਬੰਦਾ ਸੇਫ ਆ ਜਾਂ ਆਹ ਵਾਲੀਆਂ ਜਿਹੜੀਆਂ ਚੀਜ਼ਾਂ ਇੱਥੇ ਪੰਜਾਬ ਨੂੰ ਕਹਿ ਰਿਹਾ ਹੈ ਵੀ ਇੱਥੇ ਸਿਸਟਮ ਨਹੀਂ ਠੀਕ ਹੈ ਇੱਥੇ ਪੁਲਸ ਇਦਾਂ ਕਰ ਰਹੀ ਆ ਜਾਂ ਕਰਾਪਸ਼ਨ ਬਹੁਤ ਜ਼ਿਆਦਾ ਵੀ ਉੱਥੇ ਇਹ ਜਿਆ ਸਾਰਾ ਕੁਝ ਇਹ ਗੱਲ ਤੋਂ ਬੇਫਿਕਰ ਆ ਉੱਥੇ ਬੰਦਾ ਕਿ ਆਈ ਆ ਜਿਵੇਂ ਤੁਸੀਂ ਗੈਂਗਵਾਰ ਦੀ ਗੱਲ ਕੀਤੀ ਗੈਂਗਵਾਰ ਦਾ ਕਲਚਰ ਜਿਹੜਾ ਹੈ ਪੰਜਾਬ ਦੇ ਵਿੱਚ ਹੁਣ ਆਇਆ 10-15 ਸਾਲ ਤੋਂ ਜੀ ਇਸ ਤੋਂ ਵੀ ਘੱਟ ਸਮਾਂ ਹੈ ਪਰ ਬੈਂਕੂਵਰ ਦੀ ਗੈਂਗਵਾਰ ਤਾਂ ਸਾਡੇ ਪੰਜਾਬੀਆਂ ਦੀ ਗੈਂਗਵਾਰ ਆਜ ਤੋਂ 30 ਸਾਲ ਪਹਿਲਾਂ ਬਿੰਦੀ ਜੋਲ ਤੋਂ ਲੈ ਕੇ ਕਿੰਨੇ ਗੈਂਗ ਆ ਉੱਥੇ ਅਸੀਂ ਦੇਖ ਚੁੱਕੇ ਹਾਂ ਸ਼ਾਇਦ ਸਾਨੂੰ ਆਈਲੈਂਡ ਸੈਂਟਰ ਖੋਲਣ ਦੇ ਨਾਲ ਨਾਲ ਸਾਨੂੰ ਇਦਾਂ ਦੇ ਸੈਂਟਰ ਬਣਾਉਣੇ ਚਾਹੀਦੇ ਆ ਜਿਹੜੇ ਉੱਥੋਂ ਦੀ ਕੱਲੀ-ਕੱਲੀ ਗੱਲ ਦੀ ਜਾਣਕਾਰੀ ਦੇਣ ਵਾਲੇ ਕੰਸਲਟੈਂਟਸ ਦੀ ਲੋੜ ਹੈ ਤੇ ਬੱਚਿਆਂ ਨੂੰ ਹੀ ਅਸੀਂ ਅਗਰ ਮੈਂ ਇਹ ਕਹੂੰਗਾ ਕਿ ਪੰਜਾਬ ਦੇ ਵਿੱਚ ਕੁਛ ਨਹੀਂ ਆ ਸਭ ਖਤਮ ਹੈ ਤੁਹਾਨੂੰ ਤਾਂ ਵਾਪਸ ਨਹੀਂ ਜਾਣਾ ਚਾਹੀਦਾ ਉੱਥੇ ਤਾਂ ਗੈਂਗਵਾਰ ਹੋ ਰਹੀ ਹੈ ਉੱਥੇ ਇਹ ਹੋ ਰਿਹਾ ਤਾਂ ਮੇਰੇ ਬੱਚੇ ਕਦੋਂ ਵਾਪਸ ਆਉਣ ਬਾਰੇ ਸੋਚਣਗੇ ਸਾਡੇ ਪੰਜਾਬੀਆਂ ਦੇ ਵਿੱਚ ਥੋੜਾ ਮੈਂ ਸਮਝਦਾ ਕਿ ਇੱਕ ਭੇੜ ਚੱਲ ਥੋੜੀ ਜਿਆਦਾ ਹੈ ਦੇਖਾ ਦੇਖੀ ਵਾਲਾ ਮਾਹੌਲ ਜਿਆਦਾ ਹੈ ਸ਼ਿਖਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਆ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆ ਰਿਵਰਸ ਮਾਈਗ੍ਰੇਸ਼ਨ ਵਤਨ ਵਾਪਸੀ ਇਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਪੰਜਾਬ ਭਰ ਦੇ ਵਿੱਚ ਚੱਲ ਰਹੀਆਂ ਆ ਖਾਸ ਕਰਕੇ ਬਹੁਤ ਲੋਕ ਇਹ ਕਹਿ ਰਹੇ ਨੇ ਵੀ ਪੰਜਾਬ ਵਰਗੀ ਧਰਤੀ ਨੂੰ ਜਦੋਂ ਤੁਸੀਂ ਇੱਥੋਂ ਛੱਡ ਕੇ ਜਾ ਰਹੇ ਹੋ ਤਾਂ ਤੁਸੀਂ ਇੱਥੇ ਵਾਪਸ ਨਹੀਂ ਆ ਰਹੇ ਉਹਦਾ ਇੱਕ ਅਲੱਗ ਕਾਰਨਾ ਤੇ ਜਿਹੜੇ ਇੱਥੇ ਆਉਣਾ ਚਾਹ ਰਹੇ ਆ ਉਹਨਾਂ ਨੂੰ ਬਾਰਲੇ ਮੁਲਕਾਂ ਦੀਆਂ ਜਿਹੜੀਆਂ ਮਜਬੂਰੀਆਂ ਆਈਆਂ ਉਹਨਾਂ ਨੇ ਜਕੜ ਕੇ ਰੱਖਿਆ ਹੋਇਆਗਾ ਪਰ ਬਹੁਤ ਸਾਰੇ ਜਿਹੜੇ ਲੋਕ ਆ ਉਹ ਇੱਥੇ ਆ ਵੀ ਰਹੇ ਨੇ ਪਰ ਕਾਫੀ ਚੀਜ਼ਾਂ ਆਈਆਂ ਜਿਹੜੀਆਂ ਗੁੰਝਲਾਂ ਪੰਨਾਂ ਹੋਣਾਂਗੀਆਂ ਉਹ ਗੁੰਝਲਾਂ ਕਿਵੇਂ ਨਿਕਲਣਗੀਆਂ ਜਾਂ ਜਿਹੜੇ ਪ੍ਰਸ਼ਨ ਨੇ ਪ੍ਰਸ਼ਨ ਉੱਠਦੇ ਨੇ ਵੀ ਇੱਥੇ ਰੋਜ਼ਗਾਰ ਹੈ ਨਹੀਂ ਇੱਥੇ ਨਸ਼ਾ ਆ ਗਿਆ ਜਾਂ ਬਹੁਤ ਸਾਰੀਆਂ ਗੱਲਾਂ ਹਾਲਾਂਕਿ ਇਹ ਸਮੱਸਿਆਵਾਂ ਉਹ ਮੁਲਕਾਂ ਦੇ ਵਿੱਚ ਵੀ ਨੇ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਅੱਜ ਜਿਹੜੇ ਸਾਡੇ ਨਾਲ ਖਾਸ ਮਹਿਮਾਨ ਹੋਣਗੇ ਉਹ 22 ਸਾਲ ਕੈਨੇਡਾ ਦੀ ਧਰਤੀ ਦੇ ਉੱਤੇ ਰਹਿ ਕੇ ਵਾਪਸ ਆਉਂਦੇ ਨੇ ਪਰ ਹਾਲਾਂਕਿ ਹਰੇ ਵੀ ਉਹਨਾਂ ਦਾ ਪਰਿਵਾਰ ਉੱਥੇ ਆ ਉਹ ਵੀ ਹਜੇ ਇੱਕ ਦੁਚਿੱਤੀ ਦੇ ਵਿੱਚ ਨੇ ਉਹ ਦੁਚਿੱਤੀ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਖਾਸ ਕਰਕੇ ਸਾਡੇ ਵਾਲੇ ਖੇਤਰ ਦੇ ਨਾਲ ਜੁੜੇ ਹੋਏ ਨੇ ਇੱਥੇ ਕਲਾਸ 1 ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਬਹੁਤ ਵਧੀਆ ਸਰਕਾਰੀ ਨੌਕਰੀ ਉਹ ਵੀ ਇੱਥੋਂ ਛੱਡ ਕੇ ਗਏ ਨੇ ਇੱਥੇ ਕਰਦੇ ਰਹੇ ਨੇ ਉਸ ਨੂੰ ਲੈ ਕੇ ਵੀ ਸਵਾਲ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਜਸਪਾਲ ਸਿੰਘ ਜਸਪਾਲ ਜੀ ਸਵਾਗਤ ਆ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਥੈਂਕ ਯੂ ਸ਼ੁਕਰੀਆ ਜੀ ਸਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਖੁਸ਼ ਆਮਦਿਦ ਜੀ ਆ ਸਭ ਤੋਂ ਪਹਿਲਾ ਸਵਾਲ ਤਾਂ ਜਸਪਾਲ ਜੀ ਹਜੇ ਇਹੀ ਆ ਵੀ ਮੇਰਾ ਤੁਸੀਂ 22 ਸਾਲ ਉੱਥੇ ਲੱਕੇ ਆਏ ਹੋ ਪਹਿਲਾਂ ਤੁਸੀਂ ਇੱਥੋਂ ਕਲਾਸ 1 ਦੀ ਜੌਬ ਛੱਡ ਕੇ ਉੱਥੇ ਗਏ ਹੋ ਇੱਥੇ ਵੀ ਤੁਹਾਡੀ ਜ਼ਿੰਦਗੀ ਵਧੀਆ ਸੀ ਉੱਥੇ ਵੀ ਤੁਸੀਂ ਆਪਣਾ ਜਿਹੜਾ ਅਖਬਾਰ ਜਾ ਕੇ ਪੰਜਾਬੀ ਦੇ ਵਿੱਚ ਚਲਾਇਆਗਾ ਤੇ ਫੇਰ ਹੁਣ ਵਾਪਸ ਆਏ ਹੋ ਪਰਿਵਾਰ ਉੱਥੇ ਆ ਹੂੰ ਤੁਸੀਂ ਹੁਣ ਪੱਕੇ ਤੌਰ ਤੇ ਇੱਥੇ ਆ ਗਏ ਕਿ ਹਜੇ ਵੀ ਤੁਹਾਡੇ ਮਨ ਦੇ ਵਿੱਚ ਕੋਈ ਉਲਝਣ ਤਾਂ ਨਹੀਂ ਕੋਈ ਉਲਝਣ ਤਾਂ ਨਹੀਂ ਦੇ ਵਿੱਚ ਫਸੇ ਹੋਏ ਹੋ ਆ ਮੈਂ ਇਹਨੂੰ ਤੁਹਾਡੇ ਸਵਾਲ ਨੂੰ ਐਵੇਂ ਲਾਉਂਗਾ ਕਿ ਹਰ ਪੰਜਾਬੀ ਜਿਹੜਾ ਹੈ ਚਾਹੇ ਉਹ ਪ੍ਰਵਾਸ ਕਰ ਗਿਆ ਉੱਥੇ ਜੀ ਜਾਂ ਕਰ ਰਿਹਾ ਜਾਂ ਕਰਨ ਬਾਰੇ ਸੋਚਦਾ ਹਾਂ ਇਹ ਉਲਝਣ ਲਗਾਤਾਰ ਬਰਕਰਾਰ ਰਹਿੰਦੀ ਉਹਦੇ ਮਨ 'ਚ ਜੀ ਕੋਈ ਪੰਜਾਬੀ ਜਿਹੜਾ ਹੈ ਉਹ ਬਾਬੇ ਨਾਨਕ ਦੀ ਉਸ ਬੋਲਾਂ ਵਾਂਗ ਕਿ ਉੱਜੜ ਜਾਓ ਵਾਲਾ ਉਹ ਵੀ ਉਹਦੇ ਮਨ 'ਚ ਚੱਲਦਾ ਰਹਿੰਦਾ ਇਹ ਗੱਲ ਜੀ ਨਾਲ ਦੀ ਨਾਲ ਹਰ ਬੰਦਾ ਜਦੋਂ ਕਿਤੇ ਇੱਕ ਜਗ੍ਹਾ ਤੇ ਰਹਿੰਦੇ ਆਪਾਂ ਜੀ ਤਾਂ ਆਪਾਂ ਨੂੰ ਲੱਗਦਾ ਕਿ ਉਹ ਉਸ ਖਿੱਤੇ ਦੀਆਂ ਸਮੱਸਿਆਵਾਂ ਹੀ ਸਾਡੀਆਂ ਸਮੱਸਿਆਵਾਂ ਆ ਜੀ ਤੇ ਹਰ ਬੰਦਾ ਸੋਚਦਾ ਕਿ ਸ਼ਾਇਦ ਮੈਂ ਇਹ ਹਵਾ ਪਾਣੀ ਚੋਂ ਬਾਹਰ ਜਾਵਾਂ ਤੇ ਨਵੀਂ ਉਡਾਰੀ ਪੰਛੀ ਵੀ ਲਾਉਂਦੇ ਆ ਜੀ ਸੋ ਹਰ ਬੰਦਾ ਨਵੀਂ ਉਡਾਰੀ ਲਾ ਕੇ ਪਹਿਲਾਂ ਤਾਂ ਬਾਹਰਲੀ ਦੁਨੀਆ ਨੂੰ ਦੇਖਣ ਦਾ ਇੱਕ ਸੁਪਨਾ ਸੁਭਾਵਿਕ ਸੁਪਨਾ ਲੋਕਾਂ ਦੇ ਹਰ ਬੰਦੇ ਦੇ ਮਨ ਚ ਹੈ ਜੀ ਤੋਂ ਵਿੱਚ ਮੈਂ ਵੀ ਤੁਸੀਂ ਵੀ ਸਾਰੇ ਜਣੇ ਜਿਹੜੇ ਆ ਇਹਦੇ ਵਿੱਚ ਪ੍ਰਵਾਸ ਨੂੰ ਲੈਂਦੇ ਆ ਜੀ ਤੇ ਇਦਾਂ ਹੀ ਲੈਣਾ ਚਾਹੀਦਾ ਇਦਾਂ ਹੀ ਲੈਂਦੇ ਰਹੇ ਆ ਪਰ ਪਿਛਲੇ ਹੁਣ ਸਮੇਂ ਦੇ ਵਿੱਚ ਮੈਂ ਦੇਖਦਾ ਕਿ ਜੇ ਅਸੀਂ ਥੋੜਾ ਪਛੋਕਰ ਦੇ ਵਿੱਚ ਆਈਏ ਜੇ ਪੰਜਾਬੀਆਂ ਦੇ ਪ੍ਰਵਾਸ ਦਾ ਪਛੋਕਰ ਦੇਖਣਾ ਹੋਵੇ ਤਕਰੀਬਨ 110 15 ਸਾਲ ਪਹਿਲਾਂ ਸ਼ੁਰੂ ਹੋਇਆ ਜੀ ਜਿਹੜੇ ਫੌਜੀ ਸੀ ਸਿੱਖ ਪੰਜਾਬੀ ਫੌਜੀ ਸੀ ਉਹ ਜਿਹੜੀ ਵਿਕਟੋਰੀਆ ਕੁਇਨ ਵਿਕਟੋਰੀਆ ਦੇ ਜਦੋਂ ਸੈਕੰਡ ਵਰਲਡ ਵਾਰ ਦੀ ਜਦੋਂ ਜਿੱਥੇ ਹੋਈ ਫਰਸਟ ਵਰਲਡ ਵਾਰ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਸ਼ਾਨਾਮੱਤਾ ਇਤਿਹਾਸ ਹੈ ਸਿੱਖ ਫੌਜੀਆ ਦਾ ਜੀ ਉਹ ਜਦੋਂ ਉਹਨਾਂ ਨੂੰ ਵਿਕਟੋਰੀਆ ਕ੍ਰਾਸ ਮੈਡਲ ਮਿਲੇ ਤੇ ਉਹਨਾਂ ਦਾ ਸਨਮਾਨ ਹੋਇਆ ਪਹਿਲਾਂ ਲੰਡਨ ਦੇ ਵਿੱਚ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਫਿਰ ਇੱਕ ਜਿਹੜਾ ਇੱਕ ਜੱਥਾ ਸੀ ਟਰੂਪ ਸੀ ਉਹ ਨਾਰਥ ਅਮਰੀਕਾ ਦੇ ਦੌਰੇ ਤੇ ਗਿਆ ਤੇ ਉਹਦਾ 파ਰਟ ਬਣ ਕੇ ਫੌਜੀਆ ਦੇ ਜਿਹਦੇ ਵਿੱਚ ਹੋਰ ਫੌਜੀ ਵੀ ਸੀ ਪੰਜਾਬੀ ਸਿੱਖ ਫੌਜੀ ਗਏ ਉਹਨਾਂ ਨੂੰ ਧਰਤੀ ਚੰਗੀ ਲੱਗੀ ਉੱਥੇ ਜਾ ਕੇ ਸਾਰਾ ਕੁਝ ਸੁਨਹਿਰੀ ਸਭ ਕੁਝ ਵਧੀਆ ਲੱਗਿਆ ਕਿਉਂਕਿ ਉਹ ਦੇਖਦੇ ਸੀ ਕਿ ਅਸੀਂ ਤਾਂ ਹੁਣ ਇੰਗਲੈਂਡ ਦੀ ਇੱਕ ਸ਼ਾਨਦਾਰ ਮੁਹਿੰਮ ਚੋ ਹਿੱਸਾ ਲੈ ਕੇ ਆ ਰਹੇ ਆ ਦੁਨੀਆ ਵੀ ਸਨਮਾਨ ਦਿੰਦੀ ਸੀ ਸੋ ਬਹੁਤਿਆਂ ਚ ਉਹ ਜਿਹੜੇ ਪਹਿਲੇ ਬੰਦੇ ਪੰਜਾਬੀ ਜਾ ਕੇ ਬਸੇ ਉਹ ਜਦੋਂ ਜਾ ਕੇ ਬਸੇ 2-4 ਸਾਲ ਬਾਅਦ 10 ਸਾਲ ਬਾਅਦ ਉਹਨਾਂ ਨੂੰ ਵੀ ਆਹੀ ਉਲਝਣ ਨੇ ਤੰਗ ਕੀਤਾ ਫਿਰ ਕਿ ਸਾਡਾ ਪਿਛੋਕੜ ਕੀ ਹੈ ਹਾਂ ਅਸੀਂ ਆਏ ਸੀ ਜਦੋਂ ਤੁਸੀਂ ਸ਼ੁਰੂ ਜਾਣਨੇ ਆ ਹਰ ਧਰਤੀ ਚੰਗੀ ਲੱਗਦੀ ਆ ਮਾੜੀ ਵੀ ਨਹੀਂ ਹਰ ਧਰਤੀ ਵਧੀਆ ਹੁੰਦੀ ਆ ਹਾਂ ਉੱਥੋਂ ਦੇ ਹਾਲਾਤ ਐ ਉੱਥੇ ਐ ਪਰ ਤੁਸੀਂ ਦੇਖਣਾ ਇਹ ਹੁੰਦਾ ਕਿ ਤੁਸੀਂ ਜਿੱਥੋਂ ਆਏ ਹੋ ਜੀ ਉਹ ਤੁਹਾਡਾ ਪਛੋਕੜ ਵੀ ਕਿਤੇ ਪਿੱਛੇ ਨਾ ਛੁੱਟ ਜਾਵੇ ਇਹ ਸਭ ਨੂੰ ਉਲਝਣ ਦਾ ਇੱਕ ਵੱਡਾ ਸਵਾਲ ਹੈ ਜੀ ਮੈਂ ਉਦਾਹਰਨ ਦਵਾਂਗਾ ਜੀਉ ਕਮਿਊਨਿਟੀ ਦੀ ਜੀਉ ਪੰਜਾਬੀਆਂ ਸਿੱਖਾਂ ਵਰਗੇ ਇੱਕ ਕਮਿਊਨਿਟੀ ਹੈ ਜੀ ਪੂਰੀ ਦੁਨੀਆ 'ਚ ਫੈਲੀ ਹੋਈ ਹੈ ਹਾਂ ਤੇ ਆਮ ਤੌਰ ਦੇ ਉੱਤੇ ਬਹੁਤ ਜ਼ਿਆਦਾ ਪੈਸਾ ਉਹਨਾਂ ਕੋਲ ਹੈ ਇਹ ਮੰਨਿਆ ਜਾਂਦਾ ਕਿ ਦੁਨੀਆ ਭਰ ਦਾ ਤਮਾਮ ਸਰਮਾਇਆ ਜਿਹੜਾ ਹੈ ਹੂੰ ਉਹਦਾ ਵੱਡਾ ਹਿੱਸਾ ਹੂੰ ਉਹਨਾਂ ਦੇ ਕੰਟਰੋਲ 'ਚ ਹੈ ਉਹੀ ਦੁਨੀਆ ਨੂੰ ਚਲਾਉਂਦੇ ਆ ਬੜੀਆਂ ਇਹਦੇ 'ਚ तरह-तरह ਦੀਆਂ ਰਾਥ ਚਾਈਲਡ ਜੇ ਉਹ ਤੁਸੀਂ ਸੁਣਿਆ ਹੋਣਾ ਜੀ ਬਿਲਕੁਲ ਸੋ ਜਿਊਜ਼ ਵੀ ਜਦੋਂ ਇਜ਼ਰਾਈਲ ਆਉਂਦੇ ਆ ਵਾਪਸ ਹੂੰ ਦੁਨੀਆ ਪਰਚ ਪ੍ਰਵਾਸ ਕਰਦੇ ਆ ਪਰ ਉਹਨਾਂ ਦਾ ਧੁਰਾ ਜਿਹੜਾ ਹੂੰ ਉਹਨੂੰ ਨਹੀਂ ਭੁੱਲਦੇ ਹੂੰ ਸੋ ਪੰਜਾਬੀਆਂ ਦਾ ਪ੍ਰਵਾਸ ਕਰਨਾ ਮੈਂ ਦੱਸਿਆ 700 ਸਾਲ ਪਹਿਲਾਂ ਜਿਹੜਾ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਲਗਾਤਾਰ ਉਲਝਣ ਜਿਹੜੀ ਹੈ ਬਣੀ ਹੋ ਰਹੀ ਜਿਹੜਾ ਇੱਥੋਂ ਬੰਦਾ ਜਾ ਰਿਹਾ ਹੂੰ ਉਹ ਵੀ ਉਲਝਣ ਦਾ ਸ਼ਿਕਾਰ ਹੈ ਜਿਹੜਾ ਉੱਥੇ ਚਲਾ ਗਿਆ ਉਹ ਵੀ ਉਲਝਣ ਦਾ ਸ਼ਿਕਾਰ ਹੈ ਸੋ ਇਹਨੂੰ ਇੱਕ ਹਲੇ ਮੈਨੂੰ ਲੱਗਦਾ ਇਹ ਪਛਾਣ ਕਰਨ ਦੀ ਲੋੜ ਹੈ ਹੂੰ ਕਿ ਦੁਨੀਆ ਇੱਕ ਪੱਧਰੀ ਧਰਤੀ ਹੈ ਜਿਹਨੂੰ ਫਲੈਟ ਵਰਲਡ ਕਿਹਾ ਜਾਂਦਾ ਹੈ ਗੋਲ ਵੀ ਹੈ ਪਰ ਫਲੈਟ ਹੈ ਹੂੰ ਫਲੈਟ ਦਾ ਮਤਲਬ ਇਹ ਹੈ ਕਿ ਦੁਨੀਆ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਦੁਨੀਆ ਦੇ ਇਤਿਹਾਸ ਮੋٹے ਤੌਰ ਦੇ ਉੱਤੇ ਮਾਈਗ੍ਰੇਸ਼ਨ ਦਾ ਇਤਿਹਾਸ ਹੈ ਹੂੰ ਜੇ ਪ੍ਰਵਾਸ ਨੂੰ ਮਾਈਨਸ ਕਰ ਦਿਓ ਦੁਨੀਆ ਦੇ ਇਤਿਹਾਸ ਦੇ ਵਿੱਚ ਸ਼ਾਇਦ ਬਚੇ ਕੁਝ ਨਾ ਇੱਕ ਬਹੁਤ ਵੱਡਾ ਇੰਗਲੈਂਡ ਦਾ ਹਿਸਟੋਰੀਅਨ ਹੌਸਵਰਮ ਹੋਇਆ ਉਹਨੇ ਇਹਦੇ ਉੱਤੇ ਕੰਮ ਕੀਤਾ ਕਾਫੀ ਕਿ ਪ੍ਰਵਾਸ ਕਿਵੇਂ ਬਣਦਾ ਕਿਵੇਂ ਵੱਧਦਾ ਸੋ ਪ੍ਰਵਾਸ ਦਾ ਇਤਿਹਾਸ ਹੈ ਜਿਹੜਾ ਉਹ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਜੁੜਿਆ ਹੋਇਆ ਇਹ ਜਿਹੜਾ ਇਤਿਹਾਸ ਨੇ ਅੱਗੇ ਜਾ ਕੇ ਹੁਣ ਜਿਹੜਾ ਅੱਜ ਮਹਾਨ ਚੱਲ ਰਿਹਾ ਨਾਲ ਦੀ ਨਾਲ ਰਿਵਰਸ ਮਾਈਗ੍ਰੇਸ਼ਨ ਜਿਹੜੀ ਹੈ ਹੁਣ ਵੀ ਹੋ ਰਹੀ ਹੈ ਹਮ ਦੋ ਨੌਜਵਾਨ ਪਿਛਲੇ ਦਿਨਾਂ ਚ ਕਿਉਂਕਿ ਉਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਉਹ ਡਿਕਲੇਅਰ ਕਰਕੇ ਆਏ ਆ ਬਕਾਇਦਾ ਉਹਨਾਂ ਨੇ ਜੀ ਐਲਾਨ ਕਰਕੇ ਉਥੋਂ ਆਏ ਤੇ ਉਸ ਤੋਂ ਬਾਅਦ ਕਾਫੀ ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ ਹਮ ਪਰ ਬਹੁਤ ਸਾਰੇ ਲੋਕ ਆਣ ਐਲਾਨੀਆਂ ਆ ਰਹੇ ਨੇ ਹਮ ਇੱਧਰ ਵੀ ਰਹਿੰਦੇ ਆ ਉੱਧਰ ਵੀ ਦੁਨੀਆ ਫਲੈਟ ਵਰਲਡ ਆ ਮੈਂ ਕਿਹਾ ਕਿ ਤੁਸੀਂ ਜਾਣਾ ਵੀ ਆ ਵਾਪਸ ਵੀ ਆਉਣਾ ਹਮ ਇਹ ਪ੍ਰੋਸੈਸ ਨੇ ਰੁਕਣਾ ਨਹੀਂ ਹਮ ਪਰ ਜਦੋਂ ਬੰਦਾ ਪਿਛਲਾ ਆਪਣਾ ਜਦੋਂ ਕਿਹਾ ਜਾਂਦਾ ਕਿ ਜਦੋਂ ਕਿਤੇ ਤੁਸੀਂ ਨਵੀਂ ਜਗ੍ਹਾ ਜਾਣਾ ਜਾਂ ਨਵਾਂ ਕੁਝ ਕਰਨਾ ਹੋਵੇ ਪਛੋਕਰ ਨਹੀਂ ਭੁੱਲਣਾ ਚਾਹੀਦਾ ਤੇ ਪਿਛਲਾ ਸਾੜ ਕੇ ਨਹੀਂ ਆਉਣਾ ਚਾਹੀਦਾ ਜਿੰਨਾ ਪੁਲਾਂ ਦੇ ਉੱਤੋਂ ਤੁਸੀਂ ਲੰਘ ਕੇ ਜਾਣਾ ਹੋਵੇ ਉਹ ਪੁਲਾਂ ਦੇ ਉੱਤੇ ਵਾਪਸ ਆਉਣ ਦਾ ਰਸਤਾ ਹੋਣਾ ਚਾਹੀਦਾ ਇਹ ਫੌਜ ਵਾਂਗੂ ਨਹੀਂ ਹੁੰਦਾ ਕਿ ਫੌਜ ਆਮ ਤੌਰ ਦੇ ਉੱਤੇ ਪਿਛਲੇ ਪੁਲ ਸਾੜ ਕੇ ਚਲੀ ਜਾਂਦੀ ਹੈ ਤਾਂ ਕਿ ਉਹਨਾਂ ਦਾ ਦੁਸ਼ਮਣ ਪਿੱਛੇ ਨਾ ਆ ਸਕੇ ਕਈ ਵਾਰ ਇਹ ਵੀ ਸੋਚਿਆ ਜਾਂਦਾ ਪਰ ਪੁਲਾਂ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ ਕਿਉਂਕਿ ਵਾਪਸ ਕਦੋਂ ਆਉਣਾ ਪਵੇ ਆਉਣਾ ਜਾਣ ਦਾ ਪ੍ਰੋਸੈਸ ਬਣਿਆ ਰਹਿਣਾ ਚਾਹੀਦਾ ਸੋ ਪ੍ਰਵਾਸ ਦਾ ਜਿਹੜਾ ਉਲਝਣ ਹੈ ਇਹ ਲਗਾਤਾਰ ਬਣੀ ਰਹੂਗੀ ਮੈਨੂੰ ਲੱਗਦਾ ਪਰ ਜੇ ਤੁਹਾਡੇ ਅਸੀਂ ਤਿਆਰਬੇ ਦੀ ਗੱਲ ਕਰਦੇ ਆ ਤੁਸੀਂ ਆਪਦੇ ਤਿਆਰਬੇ ਨੂੰ ਕਿਵੇਂ ਤੁਸੀਂ ਕਿਸ ਉਲਝਣਤਾਣੀ ਦੇ ਵਿੱਚ ਜਿਵੇਂ ਮੈਂ ਆਪਾਂ ਪਹਿਲਾਂ ਹੀ ਮੈਂ ਤੁਹਾਨੂੰ ਆ ਕੇ ਹੀ ਪੁੱਛਿਆ ਵੀ ਤੁਹਾਡਾ ਪਰਿਵਾਰ ਤੁਸੀਂ ਕਿਹਾ ਵੀ ਹਜੇ ਬਾਹਰ ਆ ਵੀ ਮੈਂ ਵੀ ਉੱਥੇ ਚਲਾ ਜਾਣਾ ਤੇ ਮੈਂ ਇੱਥੇ ਵੀ ਆ ਜਾਣਾ ਵੀ ਇਸ ਉਲਝਣ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਵੀ ਤੁਸੀਂ ਇੱਥੇ ਰਹਿ ਕੇ ਇਹੀ ਧਰਤੀ ਨੂੰ ਜਾਂ ਜਿਵੇਂ ਆਪਾਂ ਕਹਿੰਦੇ ਆ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਅਸੀਂ ਇਹਨੂੰ ਹੀ ਬਹੁਤ ਵਧੀਆ ਬਿਹਤਰ ਬਣਾਉਣਾ ਇੱਥੇ ਬਹੁਤ ਸਾਰੀਆਂ ਚੀਜ਼ਾਂ ਆਈਆਂ ਜਿਹੜੀਆਂ ਉਵੇਂ ਨਹੀਂ ਹੋਣੀਆਂ ਚਾਹੀਦੀਆਂ ਚੀਜ਼ਾਂ ਜਿਵੇਂ ਸਾਨੂੰ ਗੁਰੂ ਮਹਾਰਾਜ ਦੱਸਦੇ ਨੇ ਉਹ ਸੌਲਜਨ ਤਾਣੀ ਦੇ ਵਿੱਚ ਤੁਸੀਂ ਬਾਹਰ ਨਿਕਲ ਰਹੇ ਹੋ ਕਿ ਨਹੀਂ ਕਿ ਤੁਸੀਂ ਵੀ ਫਸੇ ਹੋ ਨਹੀਂ ਜਿਵੇਂ ਮੈਂ ਪਹਿਲਾਂ ਕਿਹਾ ਇੱਕ ਤਾਂ ਸੁਭਾਅ ਇੱਕ ਜਿਹੜਾ ਇਹ ਮਸਲਾ ਹੈ ਉਹ ਆਰਥਿਕਤਾ ਨਾਲ ਜੁੜਿਆ ਹੋਇਆ ਹਾਂ ਕਿ ਆਰਥਿਕਤਾ ਨੇ ਤੁਹਾਨੂੰ ਮਜਬੂਰ ਕਰਨਾ ਪ੍ਰਵਾਸ ਕਰਨ ਲਈ ਵੀ ਆਰਥਿਕਤਾ ਨੇ ਹੀ ਤੁਹਾਨੂੰ ਵਾਪਸ ਲਿਆਉਣ ਲਈ ਮਜਬੂਰ ਕਰਨ ਜਦੋਂ ਤੁਸੀਂ ਤੁਸੀਂ ਮੇਰੇ ਪਰਿਵਾਰ ਦੀ ਗੱਲ ਕੀਤੀ ਹੈ ਮੇਰੇ ਬੱਚੇ ਉੱਥੇ ਇੱਥੇ ਜੰਮ ਕੇ ਗਏ ਸੀ ਪਲੇ ਉੱਥੇ ਹੈ ਜੀ ਤੇ ਉਹ ਸਾਡੇ ਨਾਲ ਜੁੜੇ ਹੋਇਆ ਪਹਿਲੀ ਗੱਲ ਦਾ ਪਰਿਵਾਰ ਇੱਕ ਇਕਾਈ ਹੈ। ਹੂੰ ਜੇ ਮੈਂ ਕੁਝ ਸੋਚੂਗਾ ਵਾਪਸ ਆਉਣ ਬਾਰੇ ਤਾਂ ਹੀ ਮੇਰੇ ਬੱਚੇ ਸੋਚਣਗੇ। ਹੂੰ ਜਾਂ ਮੇਰੀ ਵਾਈਫ ਮੇਰੇ ਨਾਲ ਹੋਊਗੀ ਤਾਂ ਹੀ ਅਸੀਂ ਪਰਿਵਾਰ ਬਣ ਕੇ ਇੱਕ ਇਕਾਈ ਬਣਦੇ ਹਾਂ। ਹੂੰ ਤੇ ਬੱਚਿਆਂ ਨੂੰ ਹੀ ਅਸੀਂ ਜੇ ਅਗਰ ਮੈਂ ਇਹ ਕਹੂੰਗਾ ਕਿ ਪੰਜਾਬ ਦੇ ਵਿੱਚ ਕੁਝ ਨਹੀਂ ਆ ਸਭ ਖਤਮ ਹੈ ਤੁਹਾਨੂੰ ਤਾਂ ਵਾਪਸ ਨਹੀਂ ਜਾਣਾ ਚਾਹੀਦਾ ਉੱਥੇ ਤਾਂ ਗੈਂਗਵਾਰ ਹੋ ਰਹੀ ਹੈ ਉੱਥੇ ਇਹ ਹੋ ਰਿਹਾ ਤਾਂ ਮੇਰੇ ਬੱਚੇ ਕਦੋਂ ਵਾਪਸ ਆਉਣ ਬਾਰੇ ਸੋਚਣਗੇ। ਜੀ ਜਦੋਂ ਮੈਂ ਉਹਨਾਂ ਨੂੰ ਕਹੂੰਗਾ ਕਿ ਆਹ ਕੁਝ ਚੰਗਾ ਪੱਖ ਵੀ ਹੈ ਗਲਾਸ ਹਮੇਸ਼ਾ ਭਰਿਆ ਹੁੰਦਾ ਅੱਦਾ ਖਾਲੀ ਦਿਖਾਉਣ ਦੀ ਜਿਹੜੀ ਵਰਤੀ ਆ ਉਹ ਗਲਤ ਹੈ ਹੂੰ ਪੰਜਾਬ ਸਮੱਸਿਆ ਤੋਂ ਬਿਨਾ ਨਹੀਂ ਹੈ ਹੂੰ ਮਸਲੇ ਪੰਜਾਬ ਦੇ ਵਿੱਚ ਵੀ ਆ ਮਸਲੇ ਉੱਥੇ ਵੀ ਆ ਜਦੋਂ ਬੰਦਿਆਂ ਨੇ ਫੈਸਲਾ ਕਰਨਾ ਉਹਨਾਂ ਨੇ ਜਿਵੇਂ ਕਹਿੰਦੇ ਆ ਕਿ ਦੋ ਸੇਬਾਂ ਨੂੰ ਬਰਾਬਰ ਰੱਖ ਕੇ ਫੈਸਲਾ ਕਰਨਾ ਬੱਚਿਆਂ ਨੇ ਵੀ ਇੱਕ ਤਾਂ इमोशनल ਮਸਲਾ ਮੇਰੀ ਮੇਰੀ ਪੀੜ੍ਹੀ ਆ ਜਿਹੜੀ ਹੂੰ ਅਸੀਂ ਤਾਂ इमोशनल ਧਾਰਮਿਕ ਤੌਰ ਦੇ ਉੱਤੇ ਕਲਚਰਲ ਤੌਰ ਦੇ ਉੱਤੇ ਜੜਾਂ ਨਾਲ ਹੋਰ ਤਰ੍ਹਾਂ ਜੁੜੇ ਆ ਜਿਹੜੇ ਸਾਡੇ ਬੱਚੇ ਆ ਉਹ ਹੋਰ ਤਰ੍ਹਾਂ ਜੁੜੇ ਹੋਏ ਆ ਜੁੜੇ ਉਹ ਵੀ ਆ ਅਸੀਂ ਦੇਖਦੇ ਆਂ ਕਿ ਪੰਜਾਬੀ ਮਿਊਜ਼ਿਕ ਹਮ ਫਿਲਮਾਂ ਇਹ ਠੀਕ ਆ ਕਿ ਮੈਂ ਇੰਗਲਿਸ਼ ਦੀਆਂ ਫਿਲਮਾਂ ਘੱਟ ਦੇਖਦਾ ਕੁਝ ਕੁਝ ਦੇਖਦਾ ਮੇਰੇ ਬੱਚੇ ਜ਼ਿਆਦਾ ਇੰਗਲਿਸ਼ ਜਿਹੜਾ ਕੰਟੈਂਟ ਆ ਦੇਖਦੇ ਆ ਪਰ ਉਹ ਪੰਜਾਬੀ ਕੰਟੈਂਟ ਵੀ ਦੇਖ ਰਹੇ ਆ ਤੁਸੀਂ ਦੇਖਦੇ ਆਂ ਕਿ ਸਿੱਧੂ ਮੂਸੇਵਾਲੇ ਤੋਂ ਲੈ ਕੇ ਪਿੱਛੇ ਜਾਂਦੇ ਆ ਉਹ ਫੀਨੋਮਨਾ ਕੀ ਆ ਵਰਤਾਰਾ ਕੀ ਆ ਸੋ ਉਹ ਬੱਚੇ ਵੀ ਜਿਹੜੇ ਆ ਉਹਨਾਂ ਦੇ ਦਿਮਾਗ ਜਿਹੜੇ ਬੰਦ ਨਹੀਂ ਹੈ ਉਹ ਪੂਰੀ ਦੁਨੀਆ ਨਾਲ ਇੰਟਰਨੈਟ ਰਾਹੀਂ ਜੁੜੇ ਹੋਏ ਐ ਉਹ ਪੰਜਾਬ ਦੇ ਵਿੱਚ ਕੀ ਵਾਪਰਿਆ ਚੰਗਾ ਜਦੋਂ ਆਉਂਦੇ ਐ ਹੂੰ ਪਹਿਲੀ ਗੱਲ ਤਾਂ ਜੇ ਮੈਂ ਆਉਂਗਾ ਹੂੰ ਤਾਂ ਉਹ ਆਉਣਗੇ ਜੇ ਉਹ ਆਉਣਗੇ ਤਾਂ ਉਹਨਾਂ ਦੇ ਬੱਚੇ ਪੰਜਾਬ ਨਾਲ ਜੁੜੇ ਰਹਿਣਗੇ ਜਿਹੜੀ ਤੁਸੀਂ ਪਹਿਲਾਂ ਉਲਝਣ ਦੀ ਗੱਲ ਕੀਤੀ ਐ thora ਜੇ ਤਾਂ ਹੀ ਬਚੂਗਾ ਹੂੰ ਕਿ ਜਿਹੜਾ ਪਰਿਵਾਰ ਹੈ ਇਕਾਈ ਸਰ ਨਾਲ ਵੱਡੀ ਜ਼ਿੰਮੇਵਾਰੀ ਮੈਂ ਸਮਝਦਾ ਜਿਹੜਾ ਪਰਿਵਾਰ ਦਾ ਲੀਡਰ ਹੈ ਅਸੀਂ ਮਰਦ ਪ੍ਰਧਾਨ ਸਮਾਜ ਲੈ ਲਓ ਜਿਵੇਂ ਵੀ ਐ ਕੋਈ ਔਰਤ ਵੀ ਚਲੋ ਲੀਡਰ ਹੋ ਸਕਦੀ ਕਿਸੇ ਪਰਿਵਾਰ ਦੀ ਜਿਹੜਾ ਲੀਡਰ ਹੈ ਉਹਨੇ ਜਦੋਂ ਫੈਸਲਾ ਕਰਨਾ ਕਿਸੇ ਉੱਤੇ ਸਟੈਂਡ ਲੈਣਾ ਤਾਂ ਦੂਜਾ ਪਰਿਵਾਰ ਜਿਹੜੀ ਇਕਾਈ ਆ ਉਵੇਂ ਲੋਗ ਹੀ ਸਾਰਾ ਸਮਾਜ ਹੌਲੀ-ਹੌਲੀ ਜਿਹੜਾ ਉਹ ਉਸ ਪਾਸੇ ਜਾਊਗਾ ਜੀ ਜੇ ਸਾਰੀ ਗੱਲ ਨੂੰ ਆਪਾਂ ਕੱਟ ਕੇ ਪਾਸੇ ਰੱਖ ਦਈਏ ਜਿਵੇਂ ਹੁਣ ਜਿਹੜਾ ਬੱਚਾ ਪਲੱਸ 2 ਤੋਂ ਬਾਅਦ ਬਾਹਰ ਜਾ ਰਿਹਾ ਜਾਂ ਇੱਕ ਆਪਾਂ ਕਹਿ ਲਈਏ ਵੀ ਇਕਨੋਮੀ ਇਕਨੋਮਿਕ ਤੌਰ ਦੇ ਉੱਤੇ ਜਾਂ ਆਪਾਂ ਪੈਸੇ ਦੀ ਗੱਲ ਕਰ ਲਈਏ ਰਾਸ਼ੀ ਦੇ ਤੌਰ ਦੇ ਉੱਤੇ ਵੀ ਅਸੀਂ ਉੱਥੇ ਜਾ ਕੇ ਜ਼ਿਆਦਾ ਪੈਸੇ ਕਮਾਵਾਂਗੇ ਡਾਲਰਾਂ ਦੇ ਰੂਪ ਚ ਉੱਥੇ ਲਿਵਿੰਗ ਸਟਾਈਲ ਵਧੀਆ ਲਾਈਫ ਸਟਾਈਲ ਵਧੀਆ ਉਹਦੇ ਜੇ ਤੁਸੀਂ ਸਾਨੂੰ ਮਾਪ ਤੋਲ ਕੇ ਦੱਸ ਸਕੋ ਅੰਕੜੇ ਵਾਈਜ਼ ਵੀ ਕੀ ਕੁਛ ਇੱਥੇ ਜ਼ਿਆਦਾ ਮੁਨਾਫਾ ਹੈਗਾ ਕਿ ਉੱਥੇ ਜ਼ਿਆਦਾ ਮੁਨਾਫਾ ਜਿਹੜਾ ਇੱਕ ਵੱਡਾ ਸਵਾਲ ਪਹਿਲਾਂ ਹੀ ਖੜਾ ਹੋ ਜਾਂਦਾ ਵੀ ਬੇਰੋਜ਼ਗਾਰੀ ਆ ਗਈ ਭਾਈ ਇੱਥੇ ਸਰਕਾਰਾਂ ਨਹੀਂ ਕੁਛ ਕਰਦੀਆਂ ਜਿਹੜੇ ਚੀਜ਼ਾਂ ਚੱਲਦੀਆਂ ਰਹਿੰਦੀਆਂ ਪਰ ਉੱਥੇ ਕਿਵੇਂ ਆ ਵੀ ਉੱਥੇ ਜ਼ਿਆਦਾ ਕਾਮਯਾਬ ਆ ਬੰਦਾ ਕਿ ਇੱਥੇ ਕਾਮਯਾਬ ਆ ਉਹਨੂੰ ਕਿਵੇਂ ਦੇਖਦੇ ਉੱਥੇ ਜਿਵੇਂ ਤੁਸੀਂ ਆਰਥਿਕਤਾ ਦੀ ਗੱਲ ਕੀਤੀ ਹੈ ਜਿਹੜੇ ਬੱਚੇ ਇੱਥੋਂ ਜਾਂਦੇ ਆ ਸਟੂਡੈਂਟ ਦੇ ਤੌਰ ਤੇ ਉੱਤੇ ਜਾਂਦੇ ਆ ਜਾਂ ਰੁਜ਼ਗਾਰ ਦੇ ਤੌਰ ਤੇ ਜਾਂਦੇ ਆ ਜੀ ਉਹਨਾਂ ਨੂੰ ਜ਼ੀਰੋ ਤੋਂ ਵੀ ਥੱਲੇੋਂ ਸਟਾਰਟ ਕਰਨਾ ਪੈਂਦਾ ਹਮ ਅਸੀਂ ਇੱਥੇ ਤੁਸੀਂ ਜਿਵੇਂ ਕਾਲਜ ਤੋਂ ਇੰਜੀਨੀਅਰਿੰਗ ਕੀਤੀ ਹੈ ਜਾਂ ਪੜ੍ਹਾਈ ਕੀਤੀ ਹੈ ਤੁਸੀਂ ਜੌਬ ਮਾਰਕੀਟ ਜਾਣੇ ਆ ਮੰਨ ਲਓ ਜੋ ਵੀ ਜੌਬ ਮਾਰਕੀਟ ਹੈ ਤੁਸੀਂ ਜ਼ੀਰੋ ਤੋਂ ਸਟਾਰਟ ਕਰਦੇ ਹੋ ਪਰ ਤੁਹਾਡੇ ਕੋਲ ਇੱਕ سرمਾਇਆ ਹੈ سرمਾਇਆ ਤੁਸੀਂ ਜਦੋਂ ਜੌਬ ਲੈਣ ਜਾਣਾ ਤੁਹਾਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖਿਆ ਜਾਣਾ ਹਮ ਪਰ ਜਿਹੜਾ ਇੱਥੇ ਪੰਜਾਬ ਦੇ ਵਿੱਚ ਪ੍ਰਵਾਸ ਕਰਕੇ ਆਇਆ ਬੰਗਲੌਰ ਤੋਂ ਆ ਕੇ ਬੰਦਾ ਸੈੱਟ ਹੋਇਆ ਕੁਦਰਤੀ ਤੌਰ ਦੇ ਉੱਤੇ ਹੈ ਉਹਨੂੰ ਹੋਰ ਤਰ੍ਹਾਂ ਨਾਲ ਦੇਖਿਆ ਜਾਏ ਇੱਕੋ ਦੇਸ਼ ਹੈ ਪਰ ਫਰਕ ਹੁੰਦਾ ਫਰਕ ਹੁੰਦਾ ਤਰਾਤਲ ਦੇ ਥੱਲੇ ਬਹੁਤ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ। ਸੋ ਜਿਹੜੇ ਇੱਥੋਂ ਦੇ ਬੱਚੇ ਪੜ੍ਹ ਕੇ ਜਾਂਦੇ ਆ ਉਹਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਫੇਸ ਕਰਨੀਆਂ ਪੈਂਦੀਆਂ ਜੌਬ ਮਾਰਕੀਟ ਦੇ ਵਿੱਚ। ਪਹਿਲੀ ਗੱਲ ਤਾਂ ਇਹ ਕਿ ਜਿਹੜੀ ਤੁਸੀਂ ਗੱਲ ਕੀਤੀ ਜੇ ਤੁਸੀਂ ਸਿੱਧਾ ਮੁਕਾਬਲਾ ਕਰਨਾ ਹੋਵੇ ਅੱਜ ਦੀ ਡੇਟ ਦੇ ਵਿੱਚ ਆਮ ਪੰਜਾਬੀ ਬੰਦਾ ਜਿਹੜਾ 99% ਪੰਜਾਬੀ ਕੈਨੇਡਾ ਅਮਰੀਕਾ 'ਚ ਰਹਿੰਦੇ ਆ ਉਹਨਾਂ ਦਾ ਇਨਕਮ ਦਾ ਲੈਵਲ ਜੇ ਦੇਖਣਾ ਹੋਵੇ ਆਮ ਬੰਦਾ 20-22 25000 ਤੋਂ ਲੈ ਕੇ 3 ਲੱਖ ਡਾਲਰ ਸਾਲ ਦਾ ਬਣਾਉਣ ਦੀ ਰੇਂਜ ਚ ਜੀ ਸੋ ਜਿਹੜਾ 20y ਬਣਾ ਰਿਹਾ 20 30 40 ਤੱਕ ਹੈ 99% ਸਾਡੇ ਪੰਜਾਬੀ ਪਰਿਵਾਰ ਹੈ ਬੱਚੇ ਆ ਜਿਹੜੇ ਇੱਥੋਂ ਜਾ ਰਹੇ ਆ ਖਾਸ ਤੌਰ ਦੇ ਤੇ ਪਹਿਲੀ ਪੀੜ੍ਹੀ ਆ ਉਸੇ ਰੇਂਜ ਦੇ ਵਿੱਚ ਕਮਾਈ ਕਰਦੇ ਆ ਕਿੰਨੇ ਤੋਂ ਕਿੰਨੇ 22000 ਡਾਲਰ ਸਾਲ ਦਾ ਮਤਲਬ 2000 ਡਾਲਰ ਤੁਸੀਂ ਲਾ ਲਓ 2-3 25000 ਇਹਦੇ ਇਹਦੀ ਰੇਂਜ ਚ ਆ ਉਹਦੇ ਚੋ ਟੈਕਸ ਵੀ ਕੱਟਿਆ ਜਾਣਾ ਰਹਿਣ ਸਹਣ ਦਾ ਖਰਚਾ ਬੇਸਮੈਂਟ ਜੀ ਵੀ ਜੇ ਕਿਰਾਏ ਤੇ ਲੈਣੀ ਹੈ 2000 ਡਾਲਰ ਦੇ ਵਿੱਚ ਇੱਕ ਦੋ ਬੈਡਰੂਮ ਦੀ ਅੱਜ ਕੱਲ ਬੇਸਮੈਂਟ ਮਿਲ ਰਹੀ ਹੈ ਇਸੇ ਕਾਰਨ ਹੈ ਕਿ ਚਾਰ ਚਾਰ ਬੱਚੇ 8 8 ਬੱਚੇ ਮਿਲ ਕੇ ਅਫੋਰਡ ਕਰ ਪਾ ਰਹੇ ਸੋ ਜਿਹੜਾ 22500 ਡਾਲਰ ਮਹੀਨੇ ਦਾ ਬਣਾ ਰਿਹਾ ਜੇ ਉਹ ਕੱਲਾ ਰਹਿਣਾ ਚਾਹੇ ਜਾਂ ਹਸਬੰਡ ਵਾਈਫ ਹੈ ਮੰਨ ਲਓ ਦੋਨੇ ਮਿਲਾ ਕੇ 5000 ਡਾਲਰ ਵੀ ਜੇ ਬਣਾ ਰਹੇ ਤਾਂ 5000 ਡਾਲਰ ਦੇ ਵਿੱਚੋਂ 2.5 3000 ਡਾਲਰ ਤਾਂ ਉਹਨਾਂ ਦਾ ਕਿਰਾਇਆ ਨਿਕਲ ਜਾਂਦਾ ਫਿਰ ਉਹਨਾਂ ਦੇ ਬਿੱਲ ਹੈਗੇ ਆ ਉਹ ਬਿੱਤੀ ਪਾਣੀ ਆ ਫਿਰ ਮੋਬਾਈਲ ਫੋਨ ਆ ਉਹਨਾਂ ਦੇ ਬਿੱਲ ਆ ਇੰਸ਼ੋਰੈਂਸ ਗੱਡੀਆਂ ਦੀ ਗੱਡੀਆਂ ਦੇ ਕਿਸ਼ਤਾਂ ਲਾ ਪਾ ਕੇ ਦੇਖਿਆ ਜਾਵੇ ਤਾਂ ਬਚਦਾ ਉਹਨਾਂ ਨੂੰ ਕੁਝ ਨਹੀਂ ਹੈ ਹੂੰ ਜੇ ਥੋੜਾ ਬਹੁਤ ਸਰਵਾਈਵਲ ਕਰ ਰਹਾ ਹੈ ਤਾਂ ਇਕੱਠੇ ਰਹਿ ਕੇ ਹੀ ਸਰਵਾਈਵਲ ਹੈ ਉਹਨਾਂ ਦੀ ਜਦੋਂ ਮਿਲ ਕੇ ਤੁਸੀਂ ਕਿਉਂਕਿ ਤੁਹਾਡੇ ਜਿਹੜੇ ਖਰਚੇ ਆ ਵੰਡੇ ਜਾਂਦੇ ਆ ਸੋ ਇਦਾਂ ਦੀ ਪਰ ਉਹ ਕਿੰਨੀ ਕੁ ਧੀਰ ਉੱਥੇ ਜਾ ਕੇ ਰਹਿ ਸਕਣਗੇ ਇਦਾਂ ਇਹ ਵੱਖਰਾ ਸਵਾਲ ਹੈ ਦੇਖਣ ਵਾਲੀ ਗੱਲ ਆ ਅੱਜ ਤੋਂ 20-22 ਸਾਲ ਪਹਿਲਾਂ 25 ਸਾਲ ਪਹਿਲਾਂ ਸਥਿਤੀਆਂ ਬਿਲਕੁਲ ਪਰਸਥਿਤੀਆਂ ਵੱਖਰੀਆਂ ਸੀ ਹੂੰ ਆਮ ਬੰਦਾ ਜਿਹੜਾ ਘਰ ਸੀ ਉਹ ਅਪਾਰਟਮੈਂਟ ਜਾਂ ਫਲੈਟ ਜਿਹੜਾ 75000 1 ਲੱਖ ਡਾਲਰ ਦੇ ਵਿੱਚ ਉਹ ਆ ਜਾਂਦਾ ਸੀ ਅੱਜ ਤੋਂ 20 ਸਾਲ ਪਹਿਲਾਂ 20 ਸਾਲ ਪਹਿਲਾਂ ਤੇ ਆਮ ਬੰਦਾ ਉਦੋਂ ਵੀ ਤਕਰੀਬਨ ਮਿਨੀਮਮ ਵੇਜ ਦੇ ਉੱਤੇ ਵੀ ਕੰਮ ਕਰਦਾ ਸੀ ਉਹੀ 2000 ਡਾਲਰ ਦੇ ਨੇੜੇ ਤੇੜੇ ਬਣਾ ਲੈਂਦਾ ਸੀ ਓਵਰ ਟਾਈਮ ਕਰਕੇ ਥੋੜਾ ਬਹੁਤ ਕਰਕੇ 2.5000 ਡਾਲਰ ਤੇ ਉਦੋਂ 2.5000 ਡਾਲਰ ਨਾਲ ਤੁਸੀਂ 75000 ਲੱਖ ਡਾਲਰ ਦਾ ਮਕਾਨ ਹੈ 2 ਸਾਲ ਦੇ ਵਿੱਚ ਵਿੱਚ ਤੁਸੀਂ ਲੈਣ ਦੀ ਪੋਜੀਸ਼ਨ ਛੋ ਜੰਦੇ ਸੀ ਥੋੜੇ ਪੈਸੇ ਵਿੱਚ ਪਰ ਉਹ ਹੁਣ ਗੱਲਾਂ ਤੇ ਪਿੱਛੇ ਰਹਿ ਗਈਆਂ ਸੋ ਹੁਣ ਜਿਹੜਾ ਫੈਸਲਾ ਹੋਣਾ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਹੋਣਾ ਸ਼ੁਰੂ ਹੋ ਗਿਆ ਬਹੁਤੇ ਜਿਹੜੇ ਬੱਚੇ ਚਲੇ ਜਾਂਦੇ ਆ ਜਿਹੜੇ ਪ੍ਰਵਾਸ ਕਰਕੇ ਜਾਂਦੇ ਆ ਬਹੁਤੇ ਬੰਦੇ ਆਪਸ ਦੇ ਵਿੱਚ ਕਈ ਗੱਲ ਨਹੀਂ ਕਰਦੇ ਜਾਂ ਇੱਥੇ ਮਹਿੰਗੀਆਂ ਗੱਡੀਆਂ ਗੱਡੀ ਲੈਣੀ ਸੌਖੀ ਆ ਗੱਡੀ ਲੈਣੀ ਤਾਂ ਇੱਥੇ ਵੀ ਕੋਈ ਵੱਡੀ ਗੱਲ ਨਹੀਂ ਆ ਤੁਸੀਂ ਥੋੜੀ ਬਹੁਤ ਡਾਊਨ ਪੇਮੈਂਟ ਦਿਓ ਤੇ ਗੱਡੀ ਮਿਲ ਜਾਂਦੀ ਹੈ ਤੁਹਾਨੂੰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪਿਕਚਰ ਪਾ ਕੇ ਦਿਖਾਉਣਾ ਹੋਰ ਗੱਲ ਹੈ ਪਰ ਉਥੋਂ ਦੀਆਂ ਹਕੀਕਤਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਕਿ ਆਮ 99% ਪੰਜਾਬੀ ਜਿਹੜੇ ਆ ਪ੍ਰਵਾਸੀ ਉਹ 20-25000 30000 ਡਾਲਰ ਸਾਲ ਦਾ ਬਣਾਉਣ ਵਾਲੀ ਰੇਂਜ ਚ ਹੈ ਉਹਦੇ ਚ ਤੁਸੀਂ ਦੇਖ ਹੀ ਲਓ ਕਿ ਕਿੰਨੀ ਕ ਬਚਤ ਕਰ ਸਕਦੇ ਆ ਕਿਵੇਂ ਤੁਸੀਂ ਗੁਜ਼ਾਰਾ ਕਰ ਸਕਦੇ ਏਸੀ ਕਰਕੇ ਜਦੋਂ ਪ੍ਰਵਾਸ ਦਾ ਰੁਕਣਾ ਜਿਹੜਾ ਜਿਹੜਾ ਤੁਸੀਂ ਰਿਵਰਸ ਮਾਈਗ੍ਰੇਸ਼ਨ ਦੀ ਆ ਇਹਨੇ ਹੀ ਆਧਾਰ ਬਣਨਾ ਆਰਥਿਕਤਾ ਨੇ ਹੀ ਹਮੇਸ਼ਾ ਡਿਟਰਮਨ ਜਾਂ ਫੈਸਲਾ ਕਰਨਾ ਹੁੰਦਾ ਕਿ ਬੰਦੇ ਨੇ ਜਦੋਂ ਕਿਤੇ ਬਾਹਰ ਜਾਣਾ ਮੈਂ ਪ੍ਰਵਾਸ ਦੇ ਖਿਲਾਫ ਨਹੀਂ ਆ ਦੁਨੀਆ ਨੇ ਪ੍ਰਵਾਸ ਕਰਨਾ ਹੀ ਹੈ ਅੱਗੇ ਵੀ ਹੁੰਦਾ ਰਹਿਣਾ ਪਰ ਪ੍ਰਵਾਸ ਨੇ ਆਰਥਿਕਤਾ ਦੇ ਨਾਲ ਸਾਡੇ ਪੰਜਾਬੀਆਂ ਦੇ ਵਿੱਚ ਥੋੜਾ ਮੈਂ ਸਮਝਦਾ ਕਿ ਇੱਕ ਭੇਡ ਚਾਲ ਥੋੜੀ ਜਿਆਦਾ ਹੈ ਦੇਖਾ ਦੇਖੀ ਵਾਲਾ ਮਾਹੌਲ ਜਿਆਦਾ ਹੈ ਇਹ ਨਹੀਂ ਆ ਕਿ ਦੂਜੇ ਬੰਦੇ ਨਹੀਂ ਸਾਊਥ ਤੋਂ ਵੀ ਬੜੇ ਲੋਕ ਜਾ ਰਹੇ ਨਾਰਥ ਅਮਰੀਕਾ ਦੇ ਵਿੱਚ ਜ਼ਿਆਦਾਤਰ ਆਈਟੀ ਸੈਕਟਰ ਦੇ ਵਿੱਚ ਐ ਚੰਗੀਆਂ ਜੌਬ ਐ ਉਹ ਇੱਥੋਂ ਜੌਬ ਦਾ ਜੁਗਾੜ ਕਰਕੇ ਪਹਿਲਾਂ ਜਾਂਦੇ ਆ ਪਰ ਅਸੀਂ ਪਹਿਲਾਂ ਜਾਣ ਦਾ ਜੁਗਾੜ ਕਰਦੇ ਆ ਫਿਰ ਦੇਖਦੇ ਆ ਵੀ ਉੱਥੇ ਕਰਨਾ ਕੀ ਐ ਜਿਹੜਾ ਪਲੱਸ 2 ਵਾਲਾ ਖਤਰਨਾਕ ਹੈ ਪਲੱਸ 2 ਵਾਲਾ ਹੋਰ ਵੀ ਖਤਰਨਾਕ ਹੈ ਕਿਉਂਕਿ ਬੱਚਾ 17 18 ਸਾਲ ਦੀ ਉਮਰ ਦੇ ਵਿੱਚ ਜਾ ਰਿਹਾ ਉਹਨੇ ਤਾਂ ਹਜੇ ਇੱਥੇ ਆਪਣੀ ਸੋਝੀ ਹਾਸਲ ਕਰਨੀ ਹੁੰਦੀ ਐ ਸਮਾਜੇ ਹਾਂ ਉਹਦੇ ਲਈ ਪਰਿਵਾਰ ਆਲਾ ਦੁਆਲਾ ਬੜਾ ਹੀ ਜਿਹੜਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਪਰਿਵਾਰ ਦਾ ਜਦੋਂ ਛਤਰੀ ਨਹੀਂ ਰਹਿੰਦੀ ਸਾਡੇ ਸਿਰ ਤੇ ਹਾਂ ਤਾਂ ਉੱਥੇ ਬਿਲਕੁਲ ਤੁਸੀਂ ਵੱਖਰੇ ਕਿਸਮ ਦੇ ਵੱਖਰੇ ਮਾਹੌਲ ਚਲੇ ਜਾਂਦੇ ਆ ਸੋ ਬਹੁਤ ਸਾਰੀਆਂ ਸਮੱਸਿਆਵਾਂ ਜਿਹੜਾ ਪਲੱਸ 2 ਕਰਕੇ ਜਾਂਦਾ ਬੱਚਾ ਹਾਲਾਂਕਿ ਬਹੁਤ ਲੋਕ ਕਹਿੰਦੇ ਆ ਕਿ अर्ਲੀਏ ਚਲਾ ਗਿਆ ਉੱਥੇ ਜੀ ਜਲਦੀ ਸੈਟਲ ਹੋ ਜਾਊਗਾ ਹਾਂ ਪਰ ਨਾਲ ਦੀ ਨਾਲ ਜਿਹੜੇ ਮਸਲੇ ਆ ਉਹ ਵੀ ਹੈ ਕਿ ਪਰਿਵਾਰ ਤੋਂ ਬਿਨਾ ਜਿਹੜੇ ਬੱਚੇ ਕੋਈ ਦੇਖਣ ਵਾਲਾ ਨਹੀਂ ਹੈ ਸੋ ਉਸੇ ਏਜ ਗਰੁੱਪ ਦੇ ਬੱਚੇ ਇਕੱਠੇ ਰਹਿੰਦੇ ਆ ਸੋ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਇਹਦੇ ਚੋਂ ਵੀ ਨਿਕਲ ਰਹੀਆਂ ਹਾਂ ਇੱਕ ਜਿਹੜੀ ਹੋਰ ਗੱਲ ਆ ਜਿਵੇਂ ਤੁਸੀਂ ਇੱਕ ਪਹਿਲਾਂ ਸਾਨੂੰ ਆਫ ਰਿਕਾਰਡ ਦੱਸ ਰਹੇ ਸੀ ਵੀ 2001-02 ਦੇ ਵਿੱਚ ਵੀ ਜੇ ਵਧੀਆ ਕਿਸੇ ਨੇ ਘਰ ਲੈਣਾ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਵਧੀਆ ਕੋਠੀ ਜਾਂ ਬੰਗਲਾ ਕਹਿ ਦਿੰਦੇ ਆ ਵੀ ਉਹ ਪਾਉਣੇ 1 ਤੋਂ 3 ਲੱਖ ਡਾਲਰ ਦਾ ਉੱਥੇ ਆਰਾਮ ਨਾਲ ਬਣ ਜਾਂਦਾ ਸੀ ਹਜੇ ਇਹਨੂੰ ਡਿਟੈਚ ਹੋਮ ਕਹਿੰਦੇ ਆ ਅਸੀਂ ਜਿਹੜੇ ਬਿਲਕੁਲ ਵੱਖਰਾ ਕਿਸੇ ਨਾਲ ਤੁਹਾਡਾ ਆਲਾ ਦੋਲਾ ਜੇ ਅੱਜ ਉਹ ਜਾ ਘਰ ਲੈਣਾ ਉਹ ਕਿੰਨੇ ਦਾਗਾ ਕਿਉਂਕਿ ਇਹ ਜਿਹੇ ਸਵਾਲ ਹੁੰਦੇ ਆ ਆਮ ਲੋਕਾਂ ਦੇ ਮੈਂ ਤਾਂ ਪੁੱਛ ਉਹ ਨਿਰਪੱਖ ਕਰਦਾ ਕਿ ਕਿਹੜੇ ਸ਼ਹਿਰ ਦੇ ਵਿੱਚ ਜਿਵੇਂ ਜੇ ਤੁਸੀਂ ਚਾਰ ਵੱਡੇ ਸੈਂਟਰ ਪ੍ਰਵਾਸੀਆਂ ਦੇ ਕੈਨੇਡਾ ਦੇ ਵਿੱਚ ਜੀ ਅਮਰੀਕਾ ਚ ਵੀ ਇਦਾਂ ਹੀ ਆ ਚਲੋ ਪਹਿਲਾਂ ਕੈਨੇਡਾ ਦੀ ਗੱਲ ਕਰ ਲੈਨੇ ਆਪਾਂ ਜੀ ਇੱਕ ਹੈ ਵੈਨਕੂਵਰ ਦਾ ਏਰੀਆ ਉਹਨੂੰ ਗ੍ਰੇਟਰ ਵੈਨਕੂਵਰ ਏਰੀਆ ਕਹਿੰਦੇ ਆ ਜਿਵੇਂ ਲੁਧਿਆਣੇ ਚ ਬੈਠੇ ਆਪਾਂ ਲੁਧਿਆਣੇ ਨੂੰ ਗ੍ਰੇਟਰ ਲੁਧਿਆਣਾ ਏਰੀਆ ਹੁਣ ਅੱਜ ਕੱਲ੍ਹ ਕਹਿੰਦੇ ਆ ਜਗਰਾਉਂ ਔਰ ਸਮਰਾਲਾ ਖੰਨਾ ਇਹ ਤਕਰੀਬਨ ਲੁਧਿਆਣੇ ਦਾ ਹਿੱਸਾ ਬਣ ਗਿਆ ਜਿਵੇਂ ਪਹਿਲਾਂ ਦਿੱਲੀ ਦੇ ਵਿੱਚ ਹੋਇਆ ਸੀ ਹੁਣ ਮੈਟਰੋ ਦਿੱਲੀ ਆ ਉਹਦੇ ਨੋਇਡਾ ਤੋਂ ਲੈ ਕੇ ਗੜਗਾਉਂ ਸ਼ਾਮਿਲ ਹੋ ਗਿਆ ਸੋਵੇਂ ਇੱਕ ਗ੍ਰੇਟਰ ਵੈਨਕੂਵਰ ਏਰੀਆ ਜਿਹਦੇ ਵਿੱਚ ਤਕਰੀਬਨ 10 ਛੋਟੇ ਛੋਟੇ ਸ਼ਹਿਰ ਮਿਲ ਕੇ ਬਣ ਗਏ ਹੋਏ ਇੱਕੋ ਏਰੀਆ ਇਦਾਂ ਹੀ ਟੋਰਾਂਟੋ ਦੀ ਗੱਲ ਕਰੀਏ ਤਾਂ ਗ੍ਰੇਟਰ ਟੋਰਾਂਟੋ ਏਰੀਆ ਤੇ ਤੀਜੀ ਹੈ ਕੈਲਗਰੀ ਐਡਮੰਟਨ ਦੀ ਬਿਲਡ ਸੋ ਚਾਰ ਵੱਡੇ ਸੈਂਟਰ ਆ ਪੰਜਾਬੀਆਂ ਦੇ ਇਹ ਤੋਂ ਇਲਾਵਾ ਵੀ ਜਿਵੇਂ ਵਿਨੀਪੈਗ ਐ ਐਡਮੰਟਨ ਦੇ ਨਾਲ ਛੋਟੇ ਛੋਟੇ ਹੋਰ ਸ਼ਹਿਰ ਆ ਜਿੱਥੇ ਪ੍ਰਵਾਸੀ ਤਾਂ ਸਾਰੀ ਜਗਾ ਪੰਜਾਬੀ ਹੈਗੇ ਆ ਜੀ ਪਰ ਵੱਡੇ ਸੈਂਟਰ ਇਹੀ ਆ ਇਹਨਾਂ ਚਾਰਾਂ ਸੈਂਟਰਾਂ ਦੇ ਵਿੱਚੋਂ ਸਰਨੋ ਜਿਆਦਾ ਮਹਿੰਗੇ ਘਰ ਆ ਬੈਂਕੂਰ ਵਾਲੇ ਏਰੀਆ ਚ ਜਾਂ ਟੋਰਾਂਟੋ ਵਾਲੇ ਏਰੀਆ ਚ ਉਹ ਹੁਣ 30 ਲੱਖ ਦੇ ਨੇੜੇ ਤੇੜੇ 25-30 ਲੱਖ ਤੋਂ ਘੱਟ ਜਿਹੜਾ ਡਿਟੈਚ ਘਰ ਆ ਜਿਹਨੂੰ ਆਪਾਂ ਕੋਠੀ ਕਹਿ ਦਿੰਨੇ ਆ ਉਹ ਨਹੀਂ ਮਿਲਦੀ ਹੈ ਮਤਲਬ ਜਿਹੜਾ ਪਾਉਣੇ 3 ਲੱਖ ਦਾ ਸੀ ਉਹ ਏਰੀਆ ਦੇ ਵਿੱਚ ਵੈਂਕਓਵਰ ਟੋਰਾਂਟੋ ਦੇ ਵਿੱਚ ਉਹ 10 ਗੁਣਾ ਵਧ ਗਏ 30 ਲੱਖ ਡਾਲਰ 30 ਲੱਖ 10 ਗੁਣਾ ਕੱਲੇ ਘਰਾਂ ਦੀ ਗੱਲ ਨਹੀਂ ਹੈ ਇੰਸ਼ੋਰੈਂਸ ਕਾਰਾਂ ਦੀ ਇੰਸ਼ੋਰੈਂਸ ਹੈ ਕਾਰਾਂ ਦੀ ਇੰਸ਼ੋਰੈਂਸ ਤਕਰੀਬਨ 7-8% 7-8 ਗੁਣਾ ਵਧ ਗਈ ਹੈ ਹੂੰ ਹੋਰ ਤੁਸੀਂ ਗੱਲ ਕਰੋ ਗੱਡੀਆਂ ਦੇ ਕੀਮਤਾਂ ਦਾ ਜਿਆਦਾ ਫਰਕ ਨਹੀਂ ਪਿਆ ਗੱਡੀਆਂ ਦੀਆਂ ਕੀਮਤਾਂ ਦਾ ਹੁਣ ਥੋੜੀਆਂ ਵਧੀਆਂ ਸੀ ਸਪਲਾਈ ਚੇਨ ਦਾ ਮਸਲਾ ਸੀ ਪਰ ਗੱਡੀ ਦੀ ਕੀਮਤ ਤਕਰੀਬਨ ਉਹਦੇ ਨੇੜੇ ਤੇੜੇ ਖੜੀ ਹੈ ਪਰ ਇੰਸ਼ੋਰੈਂਸ ਬਹੁਤ ਵੱਧ ਗਈ ਹੈ ਮੋਬਾਈਲ ਫੋਨ ਦੇ ਬਿੱਲ ਆ ਜਿਹੜੇ ਉਹ ਵੀ ਕਾਫੀ ਵੱਧ ਗਏ ਆ ਤੇ ਲਾਪਾਕੇ ਮਹਿੰਗਾਈ ਖਾਣ ਵਾਲੀਆਂ ਚੀਜ਼ਾਂ ਤਕਰੀਬਨ ਪੰਜ ਗੁਣਾ ਮਹਿੰਗੀਆਂ ਹੋ ਗਈਆਂ ਸੋ ਹਰ ਚੀਜ਼ ਜਿਹੜੀ ਐਫੋਰਡੇਬਿਲਟੀ ਆ ਉਹ ਬੰਦਿਆਂ ਦੇ ਬਸ ਤੋਂ ਬਾਹਰ ਜਾ ਰਹੀ ਹੈ ਇੱਕ ਜਿਹੜਾ ਸਿੰਪਲ ਜਿਹਾ ਹੋਰ ਵੀ ਪ੍ਰਸ਼ਨ ਆਉਂਦਾਗਾ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਕਾਫੀ ਪੋਸਟਾਂ ਵੀ ਦੇਖਣ ਨੂੰ ਮਿਲੀਆਂ ਆਈਆਂ ਵੀ ਜੇ ਅੱਜ ਕੋਈ ਘਰ ਖਰੀਦਦਾਗਾ ਉਦਿਆਂ ਜਿਹੜੀਆਂ ਕਿਸ਼ਤਾਂ ਕਿੰਨੇ ਸਾਲਾਂ ਚ ਪੂਰੀਆਂ ਹੋ ਜਾਣਗੀਆਂ ਆਮ ਤੌਰ ਦੇ ਉੱਤੇ ਜਿਹੜੀ ਮੋਡ ਮੋਡਾਈਜੇਸ਼ਨ ਮੋਰਟਾਈਜੇਸ਼ਨ ਉਹ 25 ਸਾਲ ਦੀ ਹੁੰਦੀ ਹੈ ਪਰ ਉਹ ਪਿੱਛੇ ਜੇ ਲੋਕਾਂ ਤੋਂ ਹੁੰਦੀ ਨਹੀਂ ਸੀ ਅਫੋਰਡ ਤਾਂ ਹੁਣ 35 ਸਾਲ 40 ਸਾਲ ਤੱਕ ਵੀ ਕਰ ਦਿੱਤੀ ਹੈ ਕਿਉਂਕਿ ਉਹ ਜਿਹੜਾ ਸਿਸਟਮ ਚੱਲ ਰਿਹਾ ਕਰਜ਼ੇ ਤੇ ਚੱਲ ਰਿਹਾ ਜੇ ਕਰਜ਼ਾ ਲੋਕ ਨਹੀਂ ਲੈਣਗੇ ਤਾਂ ਉਹ ਸਿਸਟਮ ਕਲਾਪਸ ਕਰ ਜਾਊਗਾ ਇਹ ਸਾਰਿਆਂ ਨੂੰ ਪਤਾ ਹੁਣ ਜੇ ਮੰਨ ਲਓ ਕਰਜ਼ਾ ਤੁਸੀਂ ਲੈ ਕੇ ਮੋੜ ਨਹੀਂ ਸਕੋਂਗੇ ਸੋ ਉਹਨਾਂ ਨੇ ਇਸੇ ਕਰਕੇ ਜਦੋਂ ਇੰਟਰਸਟ ਰੇਟ ਵਧਾਉਂਦੇ ਆ ਤਾਂ ਆਮ ਤੌਰ ਦੇ ਉੱਤੇ ਉਹ ਕਿਸ਼ਤਾਂ ਦਾ ਮਿਆਦ ਆ ਜਿਹੜੀ 25 ਤੋਂ ਲੈ ਕੇ 50 ਸਾਲ 40 ਸਾਲ ਤੱਕ ਕਰ ਦਿੰਦੇ ਤਾਂ ਕਿ ਲੋਕ ਟਿਕੇ ਰਹਿਣ ਜੇ ਤੁਹਾਡੀ ਕਿਸ਼ਤ ਮੰਨ ਲਓ 25 ਸਾਲਾਂ ਵਿੱਚ ਘਰ ਤੁਹਾਡਾ ਫ੍ਰੀ ਹੋਣਾ ਤਾਂ ਫਿਰ 40 ਸਾਲ ਤੁਸੀਂ ਕਿਸ਼ਤਾਂ ਦੋਗੇ ਪਰ ਕਿਸ਼ਤਾਂ ਦੇ ਚੱਕਰ ਚੋਂ ਤੁਸੀਂ ਨਹੀਂ ਨਿਕਲ ਸਕਦੇ ਤੁਹਾਨੂੰ ਲੱਗਦਾ ਵੀ ਇਹ ਬਹੁਤ ਖਤਰਨਾਕ ਹੈ ਭੰਬਲ ਪੂਸਾ ਖਾਸ ਕਰਕੇ ਇਹ ਧਰਤੀ ਵਾਲੇ ਲੋਕ ਜਿਹੜੇ ਉੱਥੇ ਜਾ ਰਹੇ ਜਿਹੜੇ ਅੱਜ ਦੇ ਜਾ ਰਹੇ ਜਿਹੜੇ ਪਹਿਲਾਂ ਵਾਲੇ ਸੈਟ ਹੋ ਗਏ ਠੀਕ ਹੈ ਇਹੀ ਸਾਰਨੋ ਵੱਡੀ ਸਮੱਸਿਆ ਇੱਥੇ ਆਮ ਮਿਡਲ ਕਲਾਸ ਪੰਜਾਬ ਇੰਡੀਆ ਚ ਅਸੀਂ ਦੇਖਦੇ ਆ ਬਹੁਤੇ ਲੋਕ ਆ ਜਿਹੜੇ ਉਹਨਾਂ ਕੋਲ ਰਹਿਣ ਲਈ ਛੱਤ ਹੈ ਜਾਂ ਤਾਂ ਪਿਛਲੀ ਪੀੜ੍ਹੀ ਛੱਡ ਕੇ ਜਾਂਦੀ ਹੈ ਜਾਂ ਉਹ ਉਹਨੂੰ ਈਵਨ ਤੁਸੀਂ ਸ਼ਹਿਰਾਂ ਚ ਚਲੇ ਜਾਓ ਜਿਹੜੇ ਲੋਕ ਝੁੱਗੀਆਂ ਚ ਵੀ ਰਹਿੰਦੇ ਆ ਜਾਂ ਪਿੰਡਾਂ ਚ ਚਲੇ ਜਾਓ ਜਿਹੜੇ ਜਿਹੜੇ ਆਪਣੀ ਛੱਤ ਸਿਰ ਦੇ ਉੱਤੇ ਉਹਨਾਂ ਦੇ ਹੈ ਇਹੇ ਜੀ ਵੀ ਹੈ ਉਹ ਆਮ ਤੌਰ ਦੇ ਉੱਤੇ ਬਿਨਾ ਕਰਜ਼ੇ ਤੋਂ ਹੁੰਦੀ ਹੈ ਹੂੰ ਜ਼ਿਆਦਾਤਰ ਬੰਦਿਆਂ ਦੀ ਹੈਗਾ ਠੀਕ ਹੈ ਲੋਕ ਇੱਥੇ ਵੀ ਘਰਾਂ ਤੇ ਕਰਜ਼ਾ ਲੈਂਦੇ ਆ ਮੈਂ ਨਹੀਂ ਕਹਿੰਦਾ ਨਹੀਂ ਲੈ ਰਹੇ ਪਰ ਉਹਦੀ ਜੇ ਗਿਣਤੀ ਦੇਖੇ ਤਾਂ ਕਿੰਨੇ 10% 15% ਤੋਂ ਜ਼ਿਆਦਾ ਨਹੀਂ ਮੇਰੇ ਹਿਸਾਬ ਨਾਲ ਹੋਣੀਆਂ ਹਾਲਾਂਕਿ ਮੈਂ 20 ਸਾਲ ਤੋਂ ਇੱਥੇ ਰਹਿ ਨਹੀਂ ਰਿਹਾ ਪਰ ਮोटा ਆਈਡੀਆ ਮੇਰਾ ਇੰਨਾ ਕਿ 10-15% ਹੈ ਪਰ ਉੱਥੇ ਤਾਂ ਜਿਹੜੇ ਬੰਦੇ ਬਿਨਾ ਕਰਜ਼ੇ ਤੋਂ ਘਰ ਦੇ ਵਿੱਚ ਰਹਿ ਰਹੇ ਆ ਸ਼ਾਇਦ ਉਹ 2% ਹੋਣਗੇ ਇੰਨੇ ਵੀ ਨਹੀਂ ਹੋਣੇ ਸੋ ਉੱਥੇ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਘਰ ਲੈਣਾ ਬਿਨਾ ਬੈਂਕ ਤੋਂ ਕਰਜ਼ਾ ਲਏ ਤੂੰ ਬਿਨਾ ਮੌਰਗੇਜ ਲਏ ਤੂੰ ਸੋ ਉਹੀ ਸਭ ਨਾਲ ਵੱਡਾ ਜਿਹੜਾ ਮਸਲਾ ਹੈ ਉਹੀ ਮਸਲਾ ਬਣਦਾ ਕਿਉਂਕਿ ਜੇ ਤੁਸੀਂ ਘਰ ਤੋਂ ਦੀ ਸਾਰੀ ਉਮਰ ਤੁਹਾਡਾ ਇਹਦੇ ਵਿੱਚ ਘਰ ਨੂੰ ਫ੍ਰੀ ਕਰਨ ਚ ਲੱਗ ਜਾਣਾ ਤਾਂ ਤੁਸੀਂ ਹੋਰ ਚੀਜ਼ਾਂ ਜਿਹੜੀਆਂ ਕਿਵੇਂ ਕਰ ਸਕਦੇ ਤੁਹਾਡਾ ਸਾਰਾ ਧਿਆਨ ਤਾਂ ਇਸੇ ਗੱਲ 'ਚ ਲੱਗਿਆ ਰਹਿਣਾ ਕਿ ਮੇਰੀ ਕਿਸ਼ਤ ਨਾ ਟੁੱਟ ਜੇ ਤੇ ਇਹੀ ਸਭ ਨਾਲ ਵੱਡੀ ਸਮੱਸਿਆ ਹੈ ਜਿਹੜਾ ਇੱਕ ਹੋਰ ਆ ਸਵਾਲ ਖੜਾ ਹੁੰਦਾਗਾ ਵੱਡਾ ਜਿਵੇਂ ਅੱਜ ਦਾ ਸੀ ਪੰਜਾਬ ਦਾ ਮਾਹੌਲ ਦੇਖਦੇ ਆ ਇੱਕ ਬਹੁਤ ਗੱਲ ਵੀ ਇੱਥੇ ਗੈਂਗਬਾਰ ਹੋ ਗਿਆ ਨਸ਼ਾ ਹੋ ਗਿਆ ਜਿਹੜੀਆਂ 네ਗੇਟਿਵ 네ਗੇਟਿਵ ਚੀਜ਼ਾਂ ਅਸੀਂ ਦੇਖ ਰਹੇ ਹਾਂ ਬਹੁਤ ਵੱਡੇ ਲੈਵਲ ਤੇ ਉੱਤੇ ਵੀ ਇੱਥੋਂ ਜੇ ਅਸੀਂ ਉੱਥੇ ਜਾਵਾਂਗੇ ਉੱਥੇ ਅਸੀਂ ਬਹੁਤ ਸੇਫ ਆ ਤੁਹਾਨੂੰ ਲੱਗਦਾ ਵੀ ਉੱਥੇ ਬੰਦਾ ਸੇਫ ਆ ਜਾਂ ਆਹ ਵਾਲੀਆਂ ਜਿਹੜੀਆਂ ਚੀਜ਼ਾਂ ਇੱਥੇ ਪੰਜਾਬ ਨੂੰ ਕਹਿ ਰਿਹਾ ਹੈ ਵੀ ਇੱਥੇ ਸਿਸਟਮ ਨਹੀਂ ਠੀਕ ਹੈ ਇੱਥੇ ਪੁਲਿਸ ਇਦਾਂ ਕਰ ਰਹੀ ਆ ਜਾਂ ਕਰਾਪਸ਼ਨ ਬਹੁਤ ਜ਼ਿਆਦਾ ਵੀ ਉੱਥੇ ਇਹ ਜਿਆ ਸਾਰਾ ਕੁਝ ਇਹ ਗੱਲ ਤੋਂ ਬੇਫਿਕਰ ਆ ਉੱਥੇ ਬੰਦਾ ਕਿ ਆਈ ਆ ਕੁਝ ਚੀਜ਼ਾਂ ਐਵੇਂ ਕੁਝ ਵੱਖਰੀਆਂ ਜਿਵੇਂ ਤੁਸੀਂ ਗੈਂਗਵਾਰ ਦੀ ਗੱਲ ਕੀਤੀ ਹਾਂ ਗੈਂਗਵਾਰ ਦਾ ਕਲਚਰ ਜਿਹੜਾ ਹੈ ਪੰਜਾਬ ਦੇ ਵਿੱਚ ਹੁਣ ਆਇਆ 10-15 ਸਾਲ ਤੋਂ ਜੀ ਇਸ ਤੋਂ ਵੀ ਘੱਟ ਸਮਾਂ ਹੈ ਹਾਂ ਪਰ ਬੈਂਕੂਵਰ ਦੀ ਗੈਂਗਵਾਰ ਤਾਂ ਸਾਡੇ ਪੰਜਾਬੀਆਂ ਦੀ ਗੈਂਗਵਾਰ ਆਜ ਤੋਂ 30 ਸਾਲ ਪਹਿਲਾਂ ਬਿੰਦੀ ਜੋਲ ਤੋਂ ਲੈ ਕੇ ਕਿੰਨੇ ਗੈਂਗ ਆ ਉੱਥੇ ਅਸੀਂ ਦੇਖ ਚੁੱਕੇ ਹਾਂ ਹੂੰ ਸੋ ਉਹ ਗੈਂਗਵਾਰ ਜਿਹੜੀ ਆ ਉਹ ਧੋਮੇ ਦੀ ਹੈ ਪਰ ਕੁਝ ਚੀਜ਼ਾਂ ਦੇ ਵਿੱਚ ਫਰਕ ਹੈ ਕਿਉਂਕਿ ਜਿਹੜੀ ਪੁਲਿਸ ਹੈ ਹੂੰ ਇਹ ਵੀ ਤੁਹਾਡੇ ਲਈ ਹੈਰਾਨੀ ਦੀ ਗੱਲ ਹੋਗੀ ਬੜਾ ਇੰਟਰਸਟਿੰਗ ਗੱਲ ਹੈ ਮੈਂ ਦੱਸਣ ਲੱਗਾ ਤੁਹਾਨੂੰ ਹੂੰ ਉੱਥੇ ਜਿਹੜੀ ਪੁਲਿਸ ਹੈ ਵੈਸੇ ਤਾਂ ਇੱਥੇ ਵੀ 2-3 ਪੁਲਿਸ ਦੀਆਂ ਪਰਤਾਂ ਹੈਗੀਆਂ ਜੀ ਬਿਲਕੁਲ ਕਿ ਇੱਕ ਸੀਬੀਆਈ ਹੋ ਗਈ ਸੈਂਟਰ ਲੈਵਲ ਦੀਆਂ ਏਜੰਸੀਆਂ ਹੋ ਗਈਆਂ ਇੱਕ ਸਟੇਟ ਪੁਲਿਸ ਹੈ ਪਰ ਉੱਥੇ ਇੱਕ ਵੱਖਰੀ ਚੀਜ਼ ਸਾਡੇ ਇਹ ਹੈ ਕਿ ਹਰ ਜਿਹੜੀ ਪੁਲਿਸ ਹੈ ਜਿਹਦਾ ਤੁਹਾਡੇ ਨਾਲ ਵਾਹ ਪੈਂਦਾ ਸਿੱਧਾ ਉਹ ਜਿਹੜੀ ਤੁਹਾਡੀ ਮਿਊਨਿਸਪੈਲਿਟੀ ਹੈ ਜਾਂ ਪੰਚਾਇਤ ਹੈ ਉਹਦੇ ਅੰਡਰ ਥਾਣੇ ਜਿਹੜੇ ਆ ਉਹ ਸਟੇਟ ਗਵਰਨਮੈਂਟ ਦੇ ਅੰਡਰ ਨਹੀਂ ਹੈਗੇ ਜੀ ਜਿਹੜੇ ਥਾਣੇ ਆ ਤੁਹਾਡੀ ਜੇ ਤੁਸੀਂ ਜਿਹੜੇ ਸ਼ਹਿਰ ਚ ਰਹਿੰਦੇ ਆ ਉਹ ਸ਼ਹਿਰ ਦੀ ਮਿਊਨਿਸਪੈਲਿਟੀ ਦੇ EMPLOYEE ਹੈ ਨਿਗਮ ਦੇ ਨਾਲ ਉਹ ਪੰਡ ਠੀਕ ਹੈ ਉਹ ਬਹੁਤ ਵੱਡਾ ਫਰਕ ਹੈ ਸੋ ਉਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਆਮ ਲਾ ਐਂਡ ਆਰਡਰ ਜਿਹੜਾ ਸਰਫਿਸ ਦੇ ਉੱਤੇ ਦਿਖਾਈ ਦਿੰਦਾ ਉਹ ਠੀਕ ਹੈ ਇੱਥੇ ਨਾਲੋਂ ਦੇਖਿਆ ਜਾਵੇ ਕਿ ਤੁਸੀਂ ਥਾਣੇ ਜਾਣੇ ਆ ਤੁਹਾਨੂੰ ਕੋਈ ਏਦਾਂ ਦਾ ਮਸਲਾ ਨਹੀਂ ਹੈ ਪਰ ਉੱਥੇ ਬਹੁਤ ਸਾਰੀਆਂ ਪ੍ਰੋਬਲਮ ਹੋਰ ਕਿਸਮ ਦੀਆਂ ਹੈਗੀਆਂ ਮੰਨ ਲਓ ਕਿ ਇੱਕ ਛੋਟੀ ਜੀ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਗਿਆ ਗਿਆ ਸੀ ਇੱਕ ਬੜੀ ਦਿਲਚਸਪ ਘਟਨਾ ਵਾਪਰੀ ਇੱਥੇ ਤੁਸੀਂ ਪੁਲਿਸ ਤਾਨੂੰ ਰੋਕ ਲੈਂਦੀ ਹੈ ਮੰਨ ਲਓ ਤੁਸੀਂ ਗੱਡੀ ਤੇ ਜਾ ਰਹੇ ਹੋ ਜਾਂ ਮੋਟਰਸਾਈਕਲ ਤੇ ਜਾ ਰਹੇ ਹੋ ਪੁਲਿਸ ਨੇ ਰੋਕ ਲਿਆ ਤੁਹਾਨੂੰ ਬੜਾ ਆਮ ਵਰਤਾਰਾ ਤੇ ਤੁਸੀਂ ਪੁਲਿਸ ਵਾਲਾ ਤੁਹਾਡੇ ਤੋਂ ਐਕਸਪੈਕਟ ਕਰਦਾ ਕਿ ਬੰਦਾ ਗੱਡੀ ਤੋਂ ਉਤਰ ਕੇ ਮੇਰੇ ਕੋਲ ਆਵੇ ਹੂੰ ਕਾਗਜ਼ ਦਿਖਾਉਣ ਲਈ ਜਾਂ ਜੋ ਵੀ ਹੈ ਉਹਦੇ ਚ ਨਾ ਜਾਈਏ ਆਪਾਂ ਇਹ ਇੱਕ ਟ੍ਰੈਂਡ ਆ ਜੇ ਤੁਸੀਂ ਨਹੀਂ ਜਾਂਦੇ ਤੇ ਹੋ ਸਕਦਾ ਤੁਹਾਡੇ ਪੁਲਿਸ ਵਾਲਾ ਗੁੱਸੇ ਚ ਆ ਕੇ ਚਪੇੜ ਵੀ ਮਾਰ ਦੇ ਜਾਂ ਥੋੜੀ ਬੇਇੱਜ਼ਤੀ ਕਰ ਦੇ ਪੱਗ ਲਾ ਦੇਵੇ ਇਹ ਆਮ ਵਰਤਾਰਾ ਹੂੰ ਪਰ ਉੱਥੇ ਉਲਟ ਵਰਤਾਰਾ ਮੇਰੇ ਦੇਖਦੇ ਦੇਖਦੇ ਇੱਕ ਪੰਜਾਬੀ ਬੰਦੇ ਦਾ ਪੁਲਿਸ ਨੇ ਇਸ ਕਰਕੇ ਕਤਲ ਕਰ ਦਿੱਤਾ ਸੀ ਕਿ ਉਹ ਬੰਦਾ ਆਪਣੀ ਗੱਡੀ 'ਚ ਉਤਰ ਕੇ ਪੁਲਿਸ ਵਾਲੇ ਪਾਸੇ ਤੁਰ ਪਿਆ ਸੀ ਹੂੰ ਉੱਥੇ ਪੁਲਿਸ ਤੁਹਾਡੇ ਤੋਂ ਆਸ ਕਰਦੀ ਹੈ ਵੀ ਤੁਸੀਂ ਗੱਡੀ 'ਚ ਉਤਰਨਾ ਨਹੀਂ ਆਪਣੀਆਂ ਸ਼ੀਸ਼ੇ ਬਾਰੀਆਂ ਖੋਲਣੀਆਂ ਨਹੀਂ ਸ਼ੀਸ਼ਾ ਖੋਲ੍ਹ ਕੇ ਗੱਲ ਕਰਨੀ ਹੈ ਬਾਰੀ ਨਹੀਂ ਖੋਲ੍ਹਣੀ ਕਿਉਂਕਿ ਉਹ ਇਹਨੂੰ ਲੈਂਦੇ ਆ ਵੀ ਤੁਸੀਂ ਸ਼ਾਇਦ ਅਟੈਕ ਕਰਨ ਲੱਗੇ ਆ ਪੁਲਿਸ ਵਾਲੇ ਸੋ ਕਲਚਰ ਦਾ ਬਹੁਤ ਫਰਕ ਹੈ ਮੈਂ ਤੁਹਾਨੂੰ ਦੱਸਿਆ ਵੀ ਇੱਕ ਬੰਦਾ ਤਾਂ ਪੁਲਿਸ ਨੇ ਇਸ ਕਰਕੇ ਹੂੰ ਪੁਆਇੰਟ ਬਲੈਂਕ ਸ਼ੂਟ ਕਰਤਾ ਸੀ ਕਿ ਆਪਣੀ ਗੱਡੀ ਚੋਂ ਇੱਥੋਂ ਦਾ ਹੱਥ ਸਾਡੀ ਬਣੀ ਹੁੰਦੀ ਆ ਵੀ ਪੁਲਿਸ ਵਾਲਾ ਮਾੜਾ ਨਾ ਮਾਝੇ ਉਹ ਤਰਕੇ ਉਹਨੂੰ ਉਹਦੇ ਕੋਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਸੋ ਬਹੁਤ ਚੀਜ਼ਾਂ ਵੱਖਰੀਆਂ ਉੱਥੇ ਹੈਗੀਆਂ ਹੂੰ ਸੋ ਜਿਹੜੀਆਂ ਪੁਲਿਸ ਦਾ ਮੈਂ ਤੁਹਾਨੂੰ ਦੱਸਿਆ ਲਾ ਐਂਡ ਆਰਡਰ ਹੈ ਜਿਹੜੀ ਸਰਫੇਸ ਦੇ ਲੈਵਲ ਤੇ ਔਰਤਾਂ ਦੀ ਇੱਥੇ ਨਾਲੋਂ ਥੋੜੀਆਂ ਸਿਕਿਉਰ ਹੈ ਪਰ ਬਹੁਤ ਸਾਰੀਆਂ ਚੀਜ਼ਾਂ ਕ੍ਰਾਪਸ਼ਨ ਤੋਂ ਲੈ ਕੇ ਉੱਥੇ ਦਾ ਲੀਗਲਾਈਜ਼ ਕ੍ਰਾਪਸ਼ਨ ਹੈ ਹੂੰ ਸਾਡੇ ਜਿਹੜਾ ਉੱਥੇ ਨਾਰਥ ਅਮਰੀਕਾ ਦੇ ਵਿੱਚ ਸਿਸਟਮ ਹੈ ਕ੍ਰਾਪਸ਼ਨ ਨੂੰ ਹੋਰ ਤਰ੍ਹਾਂ ਕੀਤਾ ਜਾਂਦਾ ਹੂੰ ਕਿ ਤੁਸੀਂ ਲੋਬਿੰਗ ਕਹਿੰਦੇ ਆ ਉਹਨੂੰ ਕਿ ਤੁਸੀਂ ਕਿਸੇ ਵੀ ਰਿਸ਼ਵਤ ਸਿੱਧੀ ਨਹੀਂ ਦੇਣੀ ਤੁਸੀਂ ਲੋਬਿੰਗ ਫਰਮ ਹਾਇਰ ਕਰ ਸਕਦੇ ਹੋ ਉਹ ਲੋਬਿੰਗ ਫਰਮ ਉਹੀ ਕਰਦੀ ਹੈ ਤੁਹਾਡੇ ਲਈ ਜੋ ਤੁਸੀਂ ਸਿੱਧੇ ਕਿਸੇ ਨੂੰ ਰਿਸ਼ਵਤ ਦੇਣੀ ਹੈ ਉਹਨੂੰ ਕੰਸਲਟੈਂਸੀ ਕਹਿੰਦੇ ਆ ਹੂੰ ਠੀਕ ਹੈ ਉਹ ਰਿਸ਼ਵਤ ਦਾ ਲੀਗਲ ਸੋ ਰਿਸ਼ਵਤ ਵਾਲੇ ਮਾਮਲੇ ਦੇ ਵਿੱਚ ਸਿੱਧਾ ਠੀਕ ਹੈ ਵੱਖਰੀ ਤਰ੍ਹਾਂ ਦਾ ਸਾਰਾ ਸਿਸਟਮ ਹੈ ਪਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਇੱਥੇ ਨਾਲੋਂ ਜ਼ਿਆਦਾ ਫਰਕ ਨਹੀਂ ਹੈ ਇੱਕ ਜਿਹੜਾ ਹੋਰ ਸਵਾਲ ਜਿਹੜਾ ਬਹੁਤ ਸਾਰਿਆਂ ਨੂੰ ਤੰਗ ਕਰਦਾ ਹੈਗਾ ਰਿਸ਼ਤੇ ਨਾਤੇ ਨੂੰ ਲੈ ਕੇ ਵੀ ਗਾਂ ਵਾਲੀ ਪੀੜ੍ਹੀ ਸੋ ਬਹੁਤ ਸਾਰੀਆਂ ਚੀਜ਼ਾਂ ਜੜਾ ਨਾਲ ਟਿਕੂਗੀ ਜਾਂ ਜੜਾ ਨਾਲ ਟੁੱਟ ਰਹੀ ਆ ਉਹਨਾਂ ਨੂੰ ਰਿਸ਼ਤੇ ਨਾਤੇ ਦਾ ਨਹੀਂ ਪਤਾ ਉਹਨੂੰ ਤੁਸੀਂ ਕਿਵੇਂ ਕੈਲਕੂਲੇਟ ਕਰਦੇ ਹੋ ਜਾਂ ਉਹਨੂੰ ਤੁਸੀਂ ਕਿਵੇਂ ਸਾਰੀ ਚੀਜ਼ ਨੂੰ ਆਪਾਂ ਕਹਦੇ ਆ ਵੀ ਉਹਦਾ ਕਨਕਲੂਜਨ ਤੁਸੀਂ ਕੀ ਕੱਢ ਰਹੇ ਹੋ ਵੀ ਉਹ ਹੋ ਰਿਹਾ ਹੈਗਾ ਸਿਸਟਮ ਵੀ ਉਹਦੇ ਨਾਲ ਸਾਨੂੰ ਫਰਕ ਪੈ ਰਿਹਾ ਸਾਡੀ ਬਲੱਡ ਲਾਈਨ ਚੇਂਜ ਹੋ ਰਹੀ ਆ ਇਹ ਕਿਵੇਂ ਆ ਨਹੀਂ ਇਹ ਤਾਂ ਬਹੁਤ ਵੱਡੀ ਸਮੱਸਿਆ ਸਰ ਨੂੰ ਵੱਡੀ ਸਮੱਸਿਆ ਇਹੀ ਹੈ ਜਦੋਂ ਤੁਸੀਂ ਜਾਂ ਤਾਂ ਤੁਸੀਂ ਇਥੋਂ ਜਦੋਂ ਜਾਣਨੇ ਆ ਹੂੰ ਜਾਂ ਤਾਂ ਬੰਦਾ ਇਦਾਂ ਦਾ ਹੋਵੇ ਕਿ ਆਪਣਾ ਪਿਛੋਕੜ ਪੂਰਾ ਉਹਦੇ ਚ ਭੁੱਲ ਸਕਣ ਦੀ ਸਮਰੱਥਾ ਹੋਵੇ ਹੂੰ ਜਿਹੜਾ ਕਿ ਬੰਦੇ 'ਚ ਨਹੀਂ ਹੈਗੀ ਬੰਦੇ ਦੇ ਵਾਸਤੇ ਨਹੀਂ ਹੈਗੀ ਗੱਲ ਬੰਦਾ ਆਪਣੇ ਪਿਛੋਕੜ ਤੋਂ ਟੁੱਟ ਕੇ ਜਿਉ ਨਹੀਂ ਸਕਦਾ ਬੰਦਾ ਵੀ ਨਹੀਂ ਰਹਿ ਸਕਦਾ ਹਾਂ ਸੋ ਬੰਦੇ ਦੇ ਜੀਨਸ ਦੇ ਵਿੱਚ ਆਪਣਾ ਪਿਛੋਕੜ ਪਿਆ ਰਹਿਣਾ ਇੱਕ ਜਨਰੇਸ਼ਨ ਦੀ ਗੱਲ ਨਹੀਂ ਹੈ ਉੱਥੇ ਤੀਜੀ ਜਨਰੇਸ਼ਨ ਮੈਂ ਇਦਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਜਾਣਦਾ ਜਿਹੜੇ ਬੱਚੇ ਐ ਚਾਰ ਪੀੜੀਆਂ ਪਹਿਲਾਂ ਗਏ ਬੱਚੇ ਐ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਆਪਣੇ ਪਿਛੋਕੜ ਦਾ ਤਾਂ ਉਹ ਪਿੱਛੇ ਪਰਤੇ ਹੂੰ ਬਹੁਤ ਸਾਰੇ ਕਲਚਰਲ ਫੀਲਡ ਦੇ ਵਿੱਚ ਐਕਟਿਵ ਹੋਏ ਬਹੁਤ ਸਾਰੇ ਇਦਾਂ ਦੇ ਵੀ ਐ ਇੰਗਲੈਂਡ ਦੀਆਂ ਬਹੁਤ ਸਾਰੀਆਂ ਕਹਾਣੀਆਂ ਹੈਗੀਆਂ ਜਿਹੜੀਆਂ ਬਹੁਤ ਸਾਰੇ ਬੰਗਲੌਰ ਹੋਰ ਜਗ੍ਹਾ ਤੇ ਜਾ ਕੇ ਤੀਜੀ ਪੀੜ੍ਹੀ ਦੇ ਜਿਹੜੇ ਬੱਚੇ ਐ ਦੁਬਾਰਾ ਇੰਡੀਆ জবਾਂ ਕਰ ਰਹੇ ਸੋ ਜਿਹੜਾ ਰਿਵਰਸ ਮਾਈਗ੍ਰੇਸ਼ਨ ਐ ਇਹ ਦਿਖਾਈ ਨਹੀਂ ਦਿੰਦੀ ਇਹ ਵੱਡੇ ਪੱਧਰ ਤੇ ਹੋ ਤਾਂ ਰਹੀ ਹੈ ਸਾਡੇ ਪੰਜਾਬ ਘਟ ਹੋ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਪਾਸੜ ਮਾਈਗ੍ਰੇਸ਼ਨ ਹੋ ਰਹੀ ਹੈ ਸੋ ਮੇਰਾ ਇਹ ਮੰਨਣਾ ਹੈ ਕਿ ਜਾਓ ਜੀਣ ਸਦਕੇ ਜਾਓ ਬਥਰੀ ਦੁਨੀਆ ਨੂੰ ਦੇਖਣਾ ਚਾਹੀਦਾ ਜਿੱਥੇ ਤੁਹਾਨੂੰ ਮੌਕਾ ਮਿਲਦਾ ਜਾਣਾ ਚਾਹੀਦਾ ਪਹਿਲੀ ਗੱਲ ਤਾਂ ਅੱਖਾਂ ਬੰਦ ਕਰਕੇ ਫੈਸਲੇ ਨਾ ਲਓ ਤੁਸੀਂ ਜੇ ਜਾਣਾ ਤੁਸੀਂ ਇਹ ਦੇਖੋ ਕਿ ਮੈਂ ਉੱਥੇ ਕਰਨਾ ਕੀ ਹੈ ਕਿਹੜੀ ਮੈਨੂੰ ਜੌਬ ਮਿਲਣੀ ਹੈ ਤੁਸੀਂ ਆਲੇ ਦੁਆਲੇ ਦੇਖਣ ਦੀ ਕੋਸ਼ਿਸ਼ ਕਰੋ ਕਿ ਮੰਨ ਲਓ ਮੈਂ ਉੱਥੇ ਜਾਣਾ ਹੈ ਤਾ ਮੇਰਾ ਇਨਕਮ ਦਾ ਲੈਵਲ ਕੀ ਹੋਊਗਾ ਮੈਂ ਪੈਸੇ ਕਿਵੇਂ ਕਮਾਊਗਾ ਕਿਹੜੀ ਜੌਬ ਹੋਊਗੀ ਕੀ ਮੈਂ ਬਿਜ਼ਨਸ ਕਰੂੰਗਾ ਤੇ ਜਿਹੜਾ ਮੈਂ ਸੋਚ ਰਿਆ ਕਰਨ ਦਾ ਉਹ ਆਮ ਬੰਦਾ ਉਹਦੇ ਚ ਕਿੰਨੇ ਕ ਪੈਸੇ ਬਣਾਉਂਦਾ ਤਾਂ ਕਿ ਤੁਸੀਂ ਆਪਣੀ ਇੱਥੋਂ ਦੀ ਸਥਿਤੀ ਨਾਲ ਮੁਕਾਬਲਾ ਤਾਂ ਹੀ ਕਰ ਸਕੋਗੇ ਨਾ ਮੰਨ ਲਓ ਕਿ ਤੁਸੀਂ ਇੱਥੇ 50000 ਰੁਪਏ ਮਹੀਨੇ ਦਾ ਬਣਾ ਰਹੇ ਹੋ 50000 ਦਾ ਅੱਜ ਕੱਲ ਦੇ ਹਿਸਾਬ ਨਾਲ 800 ਰੁਪਏ 800 ਡਾਲਰ ਤਕਰੀਬਨ ਬਣਦੇ ਆ 8 850 ਡਾਲਰ ਤੁਸੀਂ ਇਹ ਦੇਖਣਾ ਕਿ ਜੇ ਮੈਂ 50000 ਇੱਥੇ ਬਣਾ ਕੇ 10000 ਵਿਚਾਰ ਰਿਹਾ ਤੇ ਉੱਥੇ ਜਾ ਕੇ ਮੈਨੂੰ ਪਹਿਲੀ ਗੱਲ ਤਾਂ 50000 ਵੀ ਬਣਾ ਪਾਉਂਗਾ ਮੈਂ ਹੂੰ ਚਲੋ ਮੰਨ ਲਓ ਕਿ ਤੁਸੀਂ ਸੋਚਦੇ ਆ ਕਿ ਮੈਂ ਲੱਖ ਰੁਪਇਆ ਬਣਾ ਲੂੰਗਾ 2000 ਡਾਲਰ ਇਹਨੂੰ ਜੱਟ 2500 2200 ਡਾਲਰ ਹੈ ਨਾ ਜੀ ਤੇ ਉਹਦੇ ਚੋਂ ਤੁਸੀਂ ਫਿਰ ਇਹ ਦੇਖੋ ਵੀ ਖਰਚੇ ਕਿੰਨੇ ਆ ਮੇਰੇ ਰਹਿਣ ਦਾ ਖਰਚਾ ਹਰ ਚੀਜ਼ ਨੂੰ ਤੁਸੀਂ ਜਦੋਂ ਫੈਸਲਾ ਕਰਨਾ ਪ੍ਰਵਾਸ ਬਾਰੇ ਇਹ ਚੀਜ਼ਾਂ ਇੱਥੋਂ ਸ਼ਾਇਦ ਸਾਨੂੰ ਆਈਲੈਂਡ ਸੈਂਟਰ ਖੋਲਣ ਦੇ ਨਾਲ ਨਾਲ ਸਾਨੂੰ ਇਦਾਂ ਦੇ ਸੈਂਟਰ ਬਣਾਉਣੇ ਚਾਹੀਦੇ ਆ ਜਿਹੜੇ ਉੱਥੋਂ ਦੀ ਕੱਲੀ ਕੱਲੀ ਗੱਲ ਦੀ ਜਾਣਕਾਰੀ ਦੇਣ ਵਾਲੇ ਕੰਸਲਟੈਂਟਸ ਦੀ ਲੋੜ ਹੈ ਹਮ ਹਾਈਲਾਈਟਸ ਦੀ ਕੀ ਚੀਜ਼ ਆ ਕਿਸੇ ਭਾਸ਼ਾ ਨੂੰ ਜਾਣਨਾ ਇਹ ਤਾਂ ਤੁਹਾਡੀ ਕੋਈ ਕੁਆਲਿਫੀਕੇਸ਼ਨ ਨਹੀਂ ਹੈ ਹਮ ਭਾਸ਼ਾ ਦਾ ਆਉਣਾ ਜੇ ਮੈਂ ਪੰਜਾਬ ਚ ਮੰਨ ਲਵਾਂ ਮੈਂ ਨਾਨ ਪੰਜਾਬੀ ਆ ਮੈਨੂੰ ਇੱਥੇ ਆ ਕੇ ਕੰਮ ਕਰਨਾ ਹੈ ਮੈਨੂੰ ਪੰਜਾਬੀ ਸਿੱਖਣੀ ਪੈਣੀ ਆ ਪ੍ਰਵਾਸੀ ਇੱਥੇ ਆ ਕੇ ਸਿੱਖ ਰਹੇ ਆ ਸਿੱਖ ਰਹੇ ਠੀਕ ਹੈ ਜੀ ਭਾਸ਼ਾ ਦੀ ਤਾਂ ਮੁੱਢਲੀ ਸ਼ਰਤ ਹੈ ਉਹ ਕੋਈ ਕੁਆਲਿਫੀਕੇਸ਼ਨ ਤਾਂ ਹੁੰਦੀ ਨਹੀਂ ਹੈ ਤੁਹਾਡੀ ਕੋਈ ਯੋਗਤਾ ਨਹੀਂ ਹੈ ਭਾਸ਼ਾ ਮਤਲਬ ਜੇ ਤੁਸੀਂ ਉੱਥੇ ਜੌਬ ਲੈਣੀ ਹੈ ਤਾਂ ਜੇ ਤੁਸੀਂ ਇੰਜੀਨੀਅਰ ਆ ਤਾਂ ਇਹ ਦੇਖਣਾ ਕਿ ਤੁਸੀਂ ਇਸ ਚੀਜ਼ ਦੀ ਇੰਜੀਨੀਅਰਿੰਗ ਕੀਤੀ ਹੋਈ ਆ ਕਿੰਨੀ ਕੋ ਦੀ ਡਿਮਾਂਡ ਹੈ ਠੀਕ ਹੈ ਕੀ ਤੁਹਾਨੂੰ ਜੌਬ ਮਿਲੂਗੀ ਜੌਬ ਮਿਲੂਗੀ ਤਾਂ ਕਿੰਨੇ ਕ ਦੀ ਮਿਲੂਗੀ ਪਰ ਸ਼ਾਇਦ ਜਿਹੜੇ ਆ ਨਾ ਤਾਂ ਇੱਥੇ ਜਿਹੜੇ ਇਮੀਗ੍ਰੇਸ਼ਨ ਦੇ ਸੈਂਟਰ ਖੁੱਲੇ ਹੋਏ ਆ ਉਹ ਇਦਾਂ ਦੀ ਕਿਉਂਕਿ ਉਹਨਾਂ ਦੇ ਹਿੱਤ 'ਚ ਵੀ ਨਹੀਂ ਆ ਦੱਸਣਾ ਤੇ ਲੋਕ ਸੋੜਨਾ ਵੀ ਨਹੀਂ ਚਾਹੁੰਦੇ ਮੈਂ ਵੀ ਦੇਖਿਆ ਕਿ ਆਪਣੇ ਆਲੇ ਦੁਆਲੇ ਜੇ ਤੁਸੀਂ ਕਿਸੇ ਨੂੰ ਇਦਾਂ ਦੀ ਗੱਲ ਕਹਿੰਨੇ ਆ ਤਾਂ ਬਹੁਤ ਵਾਰੀ ਬੰਦੇ ਉਹਨੂੰ ਇਦਾਂ ਲੈਂਦੇ ਆ ਕਿ ਇਹ ਆਪ ਤਾਂ ਹੁਣ ਚਲੇ ਗਿਆ ਇਹ ਚਾਹੁੰਦੇ ਨਹੀਂ ਕਿ ਦੂਜਾ ਬੰਦਾ ਵੀ ਬਾਹਰ ਚਲ ਜਵੇ ਪਰ ਮੈਂ ਤੁਹਾਡੀ ਇਹੀ ਗੱਲ ਤੇ ਆਉਂਗਾ ਮੇਰਾ ਲਾਸਟ ਪ੍ਰਸ਼ਨ ਹੀ ਹੈ ਬਸ ਜਦੋਂ ਥੱਲੇ ਆਪਾਂ ਇਹ ਇੰਟਰਵਿਊ ਪੋਸਟ ਹੁੰਦੀ ਹੈ ਇਹਦੀ ਇੰਟਰਵਿਊਆਂ ਥੱਲੇ ਬਹੁਤ ਸਾਰੀਆਂ ਟਿੱਪਣੀਆਂ ਆਉਂਦੀਆਂ ਗਈਆਂ ਬਹੁਤ ਸਾਰੇ ਲੋਕ ਸਰਾਹਤਾ ਵੀ ਕਰਦੇ ਆ ਪਰ ਇੱਕ ਵਰਗੋ ਵੀ ਆ ਜਿਹੜਾ ਕਹਿੰਦਾ ਵੀ ਨਹੀਂ ਅਸੀਂ ਐਨੇ ਸਾਲਾਂ ਤੋਂ ਰਹਿ ਰਹੇ ਆ ਨਹੀਂ ਇੱਥੇ ਬਹੁਤ ਕੁਝ ਵਧੀਆ ਮਤਲਬ ਕੁਝ ਇਹ ਜੀਆਂ ਸੋਨ ਨੂੰ ਚੀਜ਼ਾਂ ਮਿਲਦੀਆਂ ਉਹਨਾਂ ਨੂੰ ਤੁਹਾਡਾ ਕੀ ਜਵਾਬ ਆ ਮਤਲਬ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਮੇਰਾ ਜਵਾਬ ਬੜਾ ਸਧਾਰਨ ਹੈ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਮੈਂ ਕੋਈ ਆਪਣੇ ਮਨ ਚੋਂ ਨਹੀਂ ਬਣਾ ਕੇ ਕਹਿ ਰਿਹਾ ਅੱਜ ਕੱਲ ਇੰਟਰਨੈਟ ਦਾ ਜਮਾਨਾ ਤੁਸੀਂ ਸਰਚ ਕਰੋ ਤੁਸੀਂ ਬੰਦਿਆਂ ਤੇ ਯਕੀਨ ਨਾ ਕਰੋ ਸਰਚ ਕਰ ਲਓ ਤੁਸੀਂ ਮੰਨ ਲਓ ਤੁਸੀਂ ਤੁਹਾਡੀ ਜੌਬ ਹੈ ਜੌਬ ਦਾ ਪ੍ਰੋਫਾਈਲ ਤੁਸੀਂ ਆਪਣਾ ਦੇਖੋ ਕਿ ਟੋਰਾਂਟੋ ਦੇ ਵਿੱਚ ਇਸ ਜੌਬ ਵਾਲਾ ਬੰਦਾ ਪਹਿਲੀ ਗੱਲ ਤਾਂ ਉਹ ਜੌਬ ਤੁਹਾਨੂੰ ਮਿਲਣੀ ਹੀ ਨਹੀਂ ਹਾਂ ਇੱਥੋਂ ਦੀ ਪੜ੍ਹਾਈ ਉੱਥੇ ਜ਼ੀਰੋ ਹੋ ਜਾਣੀ ਹੈ ਇਹ ਮੰਨ ਕੇ ਜਾਣਾ ਚਾਹੀਦਾ ਇੱਥੋਂ ਦੀ ਹਰ ਪੜ੍ਹਾਈ ਜਿਹੜੀ ਅਸੀਂ ਜਾਨਦੇ ਆ ਉਹਦਾ ਕੋਈ ਮਤਲਬ ਨਹੀਂ ਹੈ ਉਹਨੂੰ ਆਮ ਤੌਰ ਦੇ ਉੱਤੇ ਉਹ ਕਹਿੰਦੇ ਆ ਕਿ ਤੁਹਾਡੇ 12ਵਾਂ ਤੁਸੀਂ ਡਿਗਰੀਆਂ ਕੀਤੀਆਂ ਹੋਈਆਂ ਜਦ ਤੱਕ ਤੁਸੀਂ ਇੱਥੋਂ ਦੀ ਕੋਈ ਡਿਗਰੀ ਨਹੀਂ ਲੈਂਦੇ ਤਾਂ ਉਹ ਪਿਛਲੀਆਂ ਡਿਗਰੀਆਂ ਦਾ ਕੋਈ ਮਤਲਬ ਨਹੀਂ ਤੁਹਾਨੂੰ ਇਹ ਲੱਗਦਾ ਮੈਂ ਮਾਫੀ ਚਾਹੂੰਗਾ ਵੀ ਜਿਹੜਾ ਇੱਥੋਂ ਉੱਥੇ ਪੈਸਾ ਜਾ ਰਿਹਾ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਦੇ ਰਿਹਾ ਇਸੇ ਕਰਕੇ ਜਿਹੜਾ ਹੁਣ ਇੱਕ ਰੈਸੈਸ਼ਨ ਵਾਲਾ ਕੰਮ ਆ ਉਹਦੇ ਤੋਂ ਵੀ ਕਿਤੇ ਨਾ ਕਿਤੇ ਉਹ ਸਟ ਕਰ ਰਹੇ ਨੇ ਆਪਦੇ ਆਪ ਨੂੰ ਇਹ ਬਿਲਕੁਲ ਸਹੀ ਗੱਲ ਹੈ ਪਰ ਇਹ ਬਹੁਤ ਹੀ ਜਿਹੜਾ ਗੰਭੀਰ ਤੇ ਡੂੰਗਾ ਵਿਸ਼ਾ ਹੈ ਤੇ ਲੰਮੀ ਚੌੜੀ ਗੱਲ ਦੀ ਲੋੜ ਹੈ ਜਿਹੜੀ ਗਲੋਬਲਾਈਜੇਸ਼ਨ ਹੋਈ ਹੈ ਗਲੋਬਲਾਈਜੇਸ਼ਨ ਨਾਲ ਪੈਸਾ ਦੁਨੀਆ ਭਰ ਦੇ ਵਿੱਚ ਗਿਆ ਵੀ ਹੈ ਤੇ ਵਾਪਸ ਗਿਆ ਜਿਹੜਾ ਹੁਣ ਇੱਥੋਂ ਪੈਸਾ ਜਾ ਰਿਹਾ ਜੀ ਇਹਦੇ ਨਾਲ ਉਥੋਂ ਦੀ ਇਕਨੋਮੀ ਹੈ ਬਾਚੀ ਤਾਂ ਰਹੀ ਹੈ ਪਿਛਲੇ 15 20 ਸਾਲ ਤੋਂ ਜਿਹੜੀ ਸਟੂਡੈਂਟ ਵਾਲੀ ਆਮ ਐਵਰੇਜ ਜਿਹੜਾ ਬੱਚਾ ਇੱਥੋਂ ਜਾ ਰਿਹਾ ਉਹ 50 ਲੱਖ ਰੁਪਇਆ 40 ਲੱਖ ਰੁਪਇਆ ਉੱਥੇ ਲੈ ਕੇ ਜਾ ਰਿਹਾ ਜੀ ਜੇਬ ਚ ਪਾ ਕੇ ਨਹੀਂ ਲੈ ਕੇ ਜਾ ਰਿਹਾ ਉਹ ਸਿੱਧਾ ਦਾ ਸਿੱਧਾ ਕਿਸੇ ਹੋਰ ਦੇ ਜੇਬਾਂ 'ਚ ਜਾ ਰਿਹਾ ਹਾਂ ਹਾਲਾਂਕਿ ਮੈਂ ਤਾਂ ਕੈਨੇਡੀਅਨ ਸਿਟੀਜ਼ਨ ਆ ਹੂੰ ਬਹੁਤ ਸਾਰੇ ਕੈਨੇਡੀਅਨ ਸਿਟੀਜ਼ਨ ਨੂੰ ਇਹਦਾ ਫਾਇਦਾ ਵੀ ਹੋ ਰਿਹਾ ਹਾਂ ਪਰ ਜਿਹੜੀ ਜੇਬ 'ਚੋਂ ਪੈਸਾ ਜਾ ਰਿਹਾ ਦੂਜੀ ਦੀ ਜੇਬ 'ਚ ਪੈ ਰਿਹਾ ਠੀਕ ਹੈ ਤੇ ਕੁਦਰਤੀ ਤੌਰ ਦੇ ਉੱਤੇ ਇਹ ਸਾਲ ਦਾ ਜਿੰਨੇ ਬਿਲੀਅਨਸ ਡਾਲਰ ਇੱਥੋਂ ਜਾ ਰਿਹਾ ਕਿਉਂਕਿ ਪਹਿਲਾਂ 20 ਸਾਲ ਪਹਿਲਾਂ ਆਮ ਅਸੀਂ ਸੁਣਦੇ ਸੀ ਕਿ ਜਿਹੜਾ ਬਾਹਰੋਂ ਪੈਸਾ ਇੱਧਰ ਆਉਂਦਾ ਉਹ ਬਿਲੀਅਨਸ ਡਾਲਰ ਦੀ ਅਮਾਉਂਟ ਸੀ ਹੁਣ ਮੈਨੂੰ ਇਸ ਵੇਲੇ ਯਾਦ ਨਹੀਂ ਹੈ ਜੀ ਪਰ 2-3 ਬਿਲੀਅਨ ਡਾਲਰ ਸਾਲ ਦਾ ਇੱਥੇ ਆਉਂਦਾ ਸੀ ਇੰਡੀਆ 'ਚ ਜੀ ਹੁਣ ਆ ਵੀ ਰਿਹਾ ਪਰ ਉਹਦੇ ਨਾਲ ਕਿਤੇ ਵੱਡੀ ਮਾਤਰਾ ਉਧਰ ਜਾਣ ਨਾਲ ਨਹੀਂ ਬਣ ਗਈ ਹੈ ਉਹ ਸਿੱਧਾ ਜਾਂ ਕਾਰਨ ਹੈ ਜਿੰਨੇ ਸਟੂਡੈਂਟ ਹੈ ਜਿਹੜਾ ਪੈਸਾ ਉਧਰ ਲੈ ਕੇ ਜਾ ਰਿਹਾ ਉਹ ਵਾਪਸ ਪੈਸਾ ਉਹਨਾਂ ਹੀ ਦੇਖਣ ਜਾ ਰਿਹਾ ਉਹਦੇ ਨਾਲ ਉਹ ਸਰਵਾਈਵ ਕਰ ਰਹਾ ਹੈ ਉਹਨਾਂ ਦੀ ਇਕਨੋਮੀ ਥੋੜੀ ਸਟੇਬਲਾਈਜ਼ ਹੋ ਰਹੀ ਹੈ ਇੱਕ ਖਾਸ ਕਰਕੇ ਲੇਬਰ ਕਲਾਸ ਨੂੰ ਲੈ ਕੇ ਜਿਵੇਂ ਹੁਣ ਬਹੁਤ ਸਾਰੇ ਗੱਲ ਇਹ ਹੀ ਨਿਕਲ ਕੇ ਆਉਂਦੀ ਹੈ ਵੀ ਜਿਹੜਾ ਪਲੱਸ 2 ਕਰਕੇ ਜਾਂਦਾ ਹੈ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਉਹ ਉਹ ਜੀ ਜੋਬ ਤੇ ਨਹੀਂ ਜਾਂਦੇ ਇਹ ਜੀ ਤੇ ਇੱਧਰ ਜਾ ਸਕਦੇ ਨੇ ਉਹ ਲੇਬਰ ਕਲਾਸ 'ਚ ਹੀ ਚਲੇ ਜਾਂਦੇ ਨੇ ਜਾਂ ਲੇਬਰ ਦਾ ਹੀ ਹਿੱਸਾ ਬੰਦੇ ਨੇ ਪਰ ਇੱਧਰ ਕੰਮ ਕਰਨ ਤੋਂ ਉਹਨਾਂ ਨੂੰ ਸੰਗ ਲੱਗਦੀ ਆ ਉਹ ਜੀ ਹਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹੀ ਸਭ ਨਾਲ ਵੱਡੀ ਤਰਾਸਦੀ ਆ ਸਾਡੀ ਅਸੀਂ ਉਹੀ ਕੰਮ ਜੇ ਇੱਥੇ ਕਰਨ ਲਈ ਰਾਜੀ ਹੋਈਏ ਤਾਂ ਸ਼ਾਇਦ ਜਿੰਨੇ ਅਸੀਂ ਉੱਥੇ ਪੈਸੇ ਬਣਾ ਸਕਦੇ ਆ ਜਾਂ ਲੱਗਦਾ ਬਣਨਗੇ ਉਹਦੇ ਨਾਲੋਂ ਜ਼ਿਆਦਾ ਇੱਥੇ ਪੈਸੇ ਬਣਾ ਸਕਦੇ ਹਾਂ ਮਨ ਲਓ ਕਿ ਤੁਸੀਂ ਆਮ ਇੱਥੇ ਮੈਂ ਦੇਖਦਾ ਲੋਕ ਸਾਡੇ ਵੀ ਪ੍ਰਵਾਸੀ ਬਾਹਰੋਂ ਆ ਰਹੇ ਨਾਨ ਪੰਜਾਬੀ ਜੀ ਜੀ ਉਹ ਕੋਈ ਇਦਾਂ ਦਾ ਨਹੀਂ ਹੋਣਾ ਜਿਹੜਾ 20 30 50000 ਰੁਪਏ ਤੋਂ ਘੱਟ ਬਣਾ ਰਿਹਾ ਹੋਵੇ ਹੂੰ ਠੀਕ ਹੈ ਕਿਉਂਕਿ ਪਰ ਉਹਨਾਂ ਨੂੰ ਕੋਈ ਸੰਕ ਸ਼ਰਮ ਨਹੀਂ ਹੈ ਹੱਥੀਂ ਕੰਮ ਕਰਨ ਦੀ ਜਿਹੜੀ ਕਿਰਤ ਉਹਨਾਂ ਨੇ ਛੱਡੀ ਨਹੀਂ ਇੱਥੇ ਆ ਕੇ ਕਰ ਰਹੇ ਕਿਰਤ ਅਸੀਂ ਵੀ ਕਰਦੇ ਹਾਂ ਉੱਥੇ ਜਾ ਕੇ ਕਰਨ ਨੂੰ ਤਿਆਰ ਹਨ ਇੱਥੇ ਨਹੀਂ ਕਰਨ ਨੂੰ ਤਿਆਰ ਆ অর্ਗੈਨਿਕ ਫਾਰਮਿੰਗ ਦਾ ਟ੍ਰੈਂਡ ਚੱਲਿਆ ਹੋਇਆ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਪੈਸਾ ਉੱਧਰ ਲਿਜਾ ਰਹੇ ਪਰ ਤੁਸੀਂ ਕਿਤੇ ਵੀ ਲੈ ਜਾਓ ਪੈਸਾ ਤਾਂ ਕੰਮ ਤਾਂ ਤੁਸੀਂ ਕਿਰਤ ਕਰ ਤਾਂ ਨੂੰ ਨਹੀਂ ਟੁੱਟਣਾ ਚਾਹੀਦਾ ਮੇਰੇ ਹਿਸਾਬ ਨਾਲ ਇਹੀ ਸਰ ਨਾਲ ਵੱਡੀ ਪ੍ਰੋਬਲਮ ਹੈ ਅਸੀਂ ਜਦੋਂ ਹੱਥੀ ਕੰਮ ਛੱਡ ਦਿੰਨੇ ਆ ਤੇ ਉਹੀ ਮਸਲਾ ਸ਼ਾਇਦ ਸਾਡਾ ਸਾਨੂੰ ਸ਼ਾਇਦ ਸਜ਼ਾ ਵੀ ਇਸੇ ਗੱਲ ਦੀ ਮਿਲ ਰਹੀ ਜੀ ਜਿਸਪਾਲ ਜੀ ਤੁਸੀਂ ਇਸ ਸਮਾਂਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਜੀ ਸੋ ਇਹ ਸੀ ਜਿਸਪਾਲ ਸਿੰਘ ਜਿਹੜੇ ਪੱਕੇ ਕੈਨੇਡਾ ਦੇ ਸਿਟੀਜ਼ਨ ਨੇ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਗੰਭੀਰ ਗੱਲਾਂ ਆਗੀਆਂ ਉਹਦੇ ਨਾਲ ਸਾਨੂੰ ਜਾਣੂ ਕਰਾਇਆ ਸਾਨੂੰ ਵੀ ਤੁਹਾਡੇ ਕਮੈਂਟਾਂ ਦੀ ਉਡੀਕ ਰਹੂਗੀ ਤੁਸੀਂ ਇਸ ਮੁਲਾਕਾਤ ਬਾਰੇ ਕੀ ਸੋਚਦੇ ਹੋ ਤੇ ਖਾਸ ਕਰਕੇ ਜਿਹੜੀਆਂ ਤੁਹਾਨੂੰ ਚੀਜ਼ਾਂ ਲੱਗਦੀਆਂ ਆਈਆਂ ਵੀ ਨਹੀਂ ਇਦਾਂ ਨਹੀਂ ਜਾਂ ਉਹਨਾਂ ਦੀ ਹਕੀਕਤ ਕੁਝ ਹੋਰ ਆ ਉਹ ਵੀ ਅਸੀਂ ਪੜਾਂਗੇ ਤੇ ਉਮੀਦ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਵੀ ਅਸੀਂ ਤੁਹਾਨੂੰ ਜਵਾਬ ਦੇ ਸਕੀ ਆ ਅਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਤਾਲੀਵਾਰ ਨੂੰ ਦਿਓ ਇਜਾਜ਼ਤ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ